ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਮਿਲੇ ਹਨ ਅਤੇ ਉਹ ਸਕੇਲ ਦੇ ਵਿੱਚ ਸਮਝਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਾਡਾ ਮਨ ਕਾਲ ਦੇ ਬੰਦੀਖਾਨੇ ਦੇ ਵਿੱਚ ਕੈਦਖਾਨੇ ਦੇ ਵਿੱਚ ਹਵਾਲਾਟ ਦੇ ਵਿੱਚ ਮਨ ਨੂੰ ਕੈਦ ਕੀਤਾ ਜਾਂਦਾ ਕਾਲ ਦੁਆਰਾ ਅਤੇ ਕਿਵੇਂ ਮਨ ਨੂੰ ਰਿਹਾ ਕਰਵਾਉਣਾ ਹੈ ਕਾਲ ਦੇ ਬੰਦੀਖਾਨੇ ਦੇ ਵਿੱਚੋਂ। ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਇਹ ਸਾਰਾ ਗਿਆਨ ਆਪਾਂ ਨੂੰ ਦੇ ਰਿਹਾ। ਹੁਣ ਜੋ ਆਪਾਂ ਭੁੱਲ ਚੁੱਕੇ ਹਾਂ, ਸਾਰਾ ਖੇਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਭਗਤ ਬੈਠੇ ਹਨ, ਗੁਰੂ ਸਾਹਿਬਾਨ ਬੈਠੇ ਹਨ, ਸਿੱਖ ਬੈਠੇ ਹਨ, ਭੱਟ ਬੈਠੇ ਹਨ, ਜਿਨ੍ਹਾਂ ਨੂੰ ਵੀ ਪੁੱਛਾਂਗੇ ਗੱਲ ਇੱਕੋ ਹੀ ਹੈ, ਗੱਲ ਮੇਲ ਖਾਂਦੀ ਹੈ, ਇਹ ਕੀ ਹੈ। ਇਸੇ ਤਰ੍ਹਾਂ ਹੁਣ ਆਪਾਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਗੁਰਤਾਗਤੀ ਦਿਵਸ ਮਨਾਇਆ ਹੈ ਅਤੇ ਗੁਰਬਾਣੀ ਗੁਰੂ ਸਾਰੀ ਇਕੱਤਰ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀਆਂ ਲਿਖਤਾਂ ਭਗਤਾਂ ਦੀਆਂ ਜੋ ਪ੍ਰੈਕਟੀਕਲ ਕੀਤਾ ਸੀ, ਉਹਨਾਂ ਨੇ ਆਪੋ ਆਪਣੇ ਇਲਾਕੇ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਪਈਆਂ ਸੀ, ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਾ ਕੇ ਇੱਕ ਗ੍ਰੰਥ ਬਣਾਇਆ। ਉਦੋਂ ਗ੍ਰੰਥ ਦਾ ਨਾਂ ਨਹੀਂ ਸੀ ਦਿੱਤਾ, ਉਦੋਂ ਪੋਥੀ ਦਾ ਨਾਂ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਗ੍ਰੰਥ ਆਉਣ ਵਾਲੇ ਸਮੇਂ 'ਚ ਬਣਨਾ ਹੈ। ਉਦੋਂ ਨਾਂ ਦਿੱਤਾ ਗਿਆ ਸੀ ਗੁਰਬਾਣੀ ਗੁਰੂ ਨੂੰ, ਪੋਥੀ ਪਰਮੇਸ਼ਰ ਕਾ ਥਾਂ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਠੀ ਕਰਕੇ ਅਕਾਲ ਪੁਰਖ ਜੀ ਦੇ ਹੁਕਮ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੇ ਲਈ ਕਿਹਾ ਗਿਆ। ਉਹ ਇਸ ਲਈ ਕਿਹਾ ਗਿਆ ਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਅਤੇ ਭਗਤਾਂ ਦਾ ਪ੍ਰੈਕਟੀਕਲ ਜੀਵਨ ਹੈ। ਕੀ ਲਿਖਿਆ ਹੋਇਆ ਜੀ? ਪ੍ਰੈਕਟੀਕਲ ਲਿਖਿਆ ਹੋਇਆ ਵੀ ਉਹਨਾਂ ਨੇ ਕਿਵੇਂ ਸੱਚ ਨੂੰ ਖੋਜਿਆ। ਸੱਚ ਮੀਨਜ ਰੱਬ, ਅਕਾਲ ਪੁਰਖ, ਦੁਨੀਆ ਬਣਾਉਣ ਵਾਲਾ ਕਰਤਾ ਪੁਰਖ, ਉਹਨੂੰ ਕਿਵੇਂ ਲੱਭਿਆ ਅਤੇ ਲੱਭਣ ਲੱਗਿਆਂ ਕੀ ਰਸਤੇ 'ਚ ਰੁਕਾਵਟਾਂ ਆਈਆਂ, ਕਿਹੜੀਆਂ ਨਿਸ਼ਾਨੀਆਂ ਆਈਆਂ ਅਤੇ ਮਿਲਾਪ ਕੀਤਾ, ਉਹ ਸਾਰਾ ਗੁਰਬਾਣੀ ਵਿੱਚ ਦਰਜ ਕੀਤਾ ਔਰ ਸਾਨੂੰ ਸਦੀਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਲੇਕਿਨ ਗੁਰਬਾਣੀ ਗੁਰੂ ਦੇ ਲੜ ਲੱਗਣ ਦੇ ਬਾਵਜੂਦ ਵੀ ਅਸੀਂ, ਗੁਰਬਾਣੀ ਗੁਰੂ ਪੜ੍ਹਨ ਦੇ ਬਾਵਜੂਦ ਵੀ ਅਸੀਂ ਸਮਝ ਨਹੀਂ ਸਕੇ ਵੀ ਗੁਰਬਾਣੀ ਵਿੱਚ ਭੇਦ ਕਿਹਦਾ ਦਿੱਤਾ। ਹੁਣ ਨਿਗਾਹ ਮਾਰ ਕੇ ਦੇਖੋ ਕਿ ਦੁਨੀਆ ਦੇ ਕਿੰਨੇ ਲੋਕ ਫਿਰ ਵੀ ਵਹਿਮਾਂ ਦੇ ਵਿੱਚ ਪਏ ਹੋਏ ਨੇ, ਭਰਮਾਂ ਦੇ ਵਿੱਚ ਪਏ ਹੋਏ ਨੇ। ਜੇ ਹਜੇ ਵਹਿਮਾਂ ਭਰਮਾਂ 'ਚੋਂ ਨਹੀਂ ਨਿਕਲੇ ਤਾਂ ਮਤਲਬ ਕਿ ਉਹਨਾਂ ਨੇ ਗੁਰਬਾਣੀ ਗੁਰੂ ਨੂੰ ਹਜੇ ਚੰਗੀ ਤਰ੍ਹਾਂ ਸਮਝਿਆ ਨਹੀਂ। ਅਤੇ ਸਮਝ ਉਦੋਂ ਲੱਗੂਗੀ ਜਦੋਂ ਪ੍ਰੈਕਟੀਕਲ 'ਚ ਉਤਰਨਗੇ। ਜਦੋਂ ਪ੍ਰੈਕਟੀਕਲ ਵਿੱਚ ਉਤਰਨਗੇ, ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨਗੇ, ਮਨ ਸਹਿਜ ਵਿੱਚ ਜਾਏਗਾ, ਸਹਿਜ ਵਿੱਚੋਂ ਸ਼ਬਦ ਪ੍ਰਗਟ ਹੋਏਗਾ, ਸ਼ਬਦ ਨੂੰ ਪਕੜ ਕੇ ਮਾਲਕ ਦੇ ਸਨਮੁੱਖ ਹੋਣਗੇ, ਇਹ ਗੁਰਬਾਣੀ ਦੇ ਵਿੱਚ ਸਾਰਾ ਗਿਆਨ ਦਿੱਤਾ। ਹੁਣ ਗੁਰਮੁਖ ਪਿਆਰਿਓ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸਾਰਾ ਖੇਡ ਇਹ ਸਮਝਾਉਣਾ ਸ਼ੁਰੂ ਕੀਤਾ। 10 ਪਾਤਸ਼ਾਹੀਆਂ ਤੱਕ ਲੈ ਕੇ ਗਏ ਔਰ ਦੱਸਿਆ ਗਿਆ ਕਿ ਜਿਹੜਾ ਸੰਸਾਰ ਮਾਲਕ ਨੇ ਬਣਾਇਆ ਹੈ ਇੱਕ ਖੇਡ ਬਣਾਇਆ। ਕੀ ਬਣਾਇਆ ਜੀ? ਇੱਕ ਖੇਡ ਹੈ। ਇਸ ਖੇਡ ਦੇ ਵਿੱਚ ਯੁੱਧ ਵੀ ਹੁੰਦਾ ਹੈ ਅਤੇ ਯੁੱਧ ਕਿਹਦੇ ਨਾਲ ਹੁੰਦਾ ਹੈ? ਜਿਵੇਂ ਟੀਮਾਂ 2 ਖੇਡਦੀਆਂ ਨੇ ਗਰਾਊਂਡ ਵਿੱਚ, ਕਈ ਵਾਰੀ ਇੱਕ ਟੀਮ ਦੇ ਮਨ 'ਚ ਈਰਖਾ ਹੁੰਦੀ ਹੈ, ਉਹ ਦੂਜੇ ਨਾਲ ਝਗੜਾ ਕਰ ਲੈਂਦੀ ਹੈ। ਦੇਖਿਆ ਨਾ ਆਪਾਂ, ਦੇਖ ਪੁਆਇੰਟ ਸਹੀ ਆ ਜਾਵੇ ਅਤੇ ਉਹ ਕਹਿੰਦੇ ਨਹੀਂ ਜੀ ਨਹੀਂ, ਹੱਥ ਨਹੀਂ ਲੱਗਾ, ਹੈ ਨਾ। ਇਸੇ ਤਰ੍ਹਾਂ ਕਾਲ ਨੇ ਫਿਰ ਝਗੜਾ ਕਰਨਾ ਸ਼ੁਰੂ ਕੀਤਾ। ਕਾਲ ਨੇ ਦੇਖਿਆ ਕਿ ਮਨ ਜਿਹੜੇ ਨੇ ਇਹ ਮਾਲਕ ਨੂੰ ਮਿਲਣਾ ਚਾਹੁੰਦੇ ਨੇ, ਭਗਤੀ ਕਰਨੀ ਚਾਹੁੰਦੇ ਨੇ ਅਤੇ ਸਨਮੁੱਖ ਹੋਣਾ ਚਾਹੁੰਦੇ ਨੇ, ਅਤੇ ਕਾਲ ਨੇ 5 ਚੋਰਾਂ ਦੇ ਦੁਆਰਾ ਕਿਵੇਂ ਮਨ ਨੂੰ ਬੰਦੀਖਾਨੇ ਦੇ ਵਿੱਚ ਕੈਦ ਕੀਤਾ। ਹੁਣ ਜਿਵੇਂ ਬਾਹਰ ਆਪਾਂ ਦੇਖਦੇ ਹਾਂ ਬੰਦੀਖਾਨਾ, ਹਵਾਲਾਟ ਨੂੰ ਬੰਦੀਖਾਨੇ ਕਹਿ ਦਿੰਦੇ ਹਾਂ, ਜੇਲ੍ਹ ਹੋ ਜੇ। ਹੁਣ ਇੱਧਰ ਜਿਹੜੀ ਗੱਲ ਚੱਲਦੀ ਹੈ, ਇਹ ਚੱਲਦੀ ਹੈ ਸਾਡੇ ਮਨ ਦੀ। ਮੈਂ 3 ਕੁ ਦਿਨ ਹੋ ਗਏ ਅਤੇ ਪੜ੍ਹਨ ਵਿੱਚ ਮੈਨੂੰ ਆਇਆ, ਕਹਿੰਦੇ ਜੀ ਦੇਖੋ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਉਹ ਕਿੰਤੂ ਪਰੰਤੂ ਕਰ ਦਿੰਦੇ, ਸਵਾਲ ਖੜ੍ਹਾ ਕਰ ਦਿੰਦੇ। ਉਹ ਕਹਿੰਦੇ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 52 ਰਾਜੇ ਕਿਉਂ ਰਿਹਾ ਕਰਾਏ, ਗਰੀਬ ਕਿਉਂ ਨਹੀਂ ਕਰਾਇਆ? ਦੇਖੋ
ਵੀ ਹੁਣ ਤੁਸੀਂ ਦੱਸੋ ਵੀ ਇੱਥੇ ਮਨ ਕਿ ਰਾਜਾ ਕਿਹਨੂੰ ਕਿਹਾ ਗਿਆ? ਮਨ ਨੂੰ ਕਿਹਾ ਗਿਆ। ਕਾਇਆ ਨਗਰੀ ਇਹ ਮਨ ਰਾਜਾ। ਚਲੋ ਦ੍ਰਿਸ਼ਮਾਨ ਰੂਪ ਦੇ ਵਿੱਚ ਵੀ ਜਿਹੜੇ ਰਾਜੇ ਸੀ, ਗਰੀਬ ਨੂੰ ਤਾਂ ਸਜ਼ਾ ਕੋਈ ਇੰਨੀ ਸਖ਼ਤ ਸਜ਼ਾ ਸੁਣਾਉਂਦਾ ਨਹੀਂ, ਗਰੀਬ ਨੂੰ ਕੋਈ ਇੰਨੀ ਸਖ਼ਤ ਸਜ਼ਾ ਨਹੀਂ ਸੁਣਾਉਂਦਾ, ਕਿਉਂਕਿ ਉਹ ਵਿਚਾਰਾ ਹਾਜ਼ਰ ਹਜ਼ੂਰੀ ਦੇ ਵਿੱਚ ਰਹਿ ਜਾਂਦਾ, ਜੀ ਹਜ਼ੂਰੀ ਵਿੱਚ ਰਹਿ ਜਾਂਦਾ, ਅਤੇ ਉਹਨੂੰ ਕੰਮ 'ਤੇ ਰੱਖ ਲੈਂਦੇ। ਗਰੀਬ ਨੂੰ ਕਿੱਥੇ ਰੱਖ ਲੈਂਦੇ? ਕੰਮ 'ਤੇ ਰੱਖ ਲੈਂਦੇ ਵੀ ਚੱਲ ਤੂੰ ਆ ਖੇਤੀ ਕਰ ਲਾ ਜਾਂ ਘਰ ਆਏ ਗਏ ਨੂੰ ਚਾਹ ਪਾਣੀ ਪਿਆ ਦੇ, ਹੈ ਨਹੀਂ। ਲੇਕਿਨ ਇਹ ਸੀ ਰਾਜੇ, ਅਤੇ ਰਾਜਿਆਂ ਨੂੰ ਬੜੀ ਸਖ਼ਤ ਸਜ਼ਾ ਸੁਣਾਈ ਸੀ, ਅਤੇ ਮਾਲਕ ਨੇ ਉਹਨਾਂ ਨੂੰ ਕੱਢਣਾ ਸੀ, ਮਾਲਕ ਨੇ ਉਹਨਾਂ ਦੇ ਮਨਾਂ ਨੂੰ ਕੱਢਣਾ ਸੀ, ਜੇ ਮਨਾਂ ਨੂੰ ਕੱਢ ਕੇ ਉਹਨਾਂ ਨੂੰ ਪ੍ਰਚਾਰਕ ਬਣਾਉਣਾ ਸੀ। ਪ੍ਰਚਾਰ ਉਹ ਤਾਂ ਕਰਦੇ ਜੇ ਉਹ ਬਾਹਰ ਆਉਂਦੇ। ਇਸ ਕਰਕੇ ਵਿਧੀ ਬਣੀ ਮਾਲਕ ਦੇ ਹੁਕਮ ਦੇ ਮੁਤਾਬਕ, ਅਕਾਲ ਪੁਰਖ ਜੀ ਦੇ ਹੁਕਮ ਦੇ ਮੁਤਾਬਕ। ਗੁਰੂ ਹਰਗੋਬਿੰਦ ਸਾਹਿਬ ਜਾਂਦੇ ਨੇ, ਬਹਾਨਾ ਬਣਦਾ, ਉਹਨਾਂ ਨੂੰ ਭਗਤੀ ਕਰਾਉਂਦੇ ਨੇ, ਖੇਡ ਸਮਝਾਉਂਦੇ ਨੇ, ਉਹ ਖੇਡ ਸਮਝਦੇ ਨੇ ਅਤੇ ਮਨ ਉਹਨਾਂ ਦੇ ਜਾਗਦੇ ਨੇ। ਜਦੋਂ ਜਾਗਦੇ ਨੇ ਅਨਹਦ ਸ਼ਬਦ ਸੁਣਦੇ ਨੇ, ਅਤੇ ਫਿਰ ਉਹਨਾਂ ਨੂੰ ਰਿਹਾ ਕਰਾਉਣ ਦਾ ਸਰੀਰਕ ਤੌਰ 'ਤੇ, ਮਨ ਤੌਰ 'ਤੇ ਤਾਂ ਕਰਾ ਹੀ ਦਿੱਤੇ, ਸਰੀਰਕ ਤੌਰ 'ਤੇ ਵੀ ਬਾਹਰ ਕੱਢਣਾ ਸੀ। ਉਹਦੇ ਲਈ ਫਿਰ ਵਿਧੀ ਬਣਾਈ ਵੀ 52 ਕਲੀਆਂ ਦਾ ਚੋਲਾ ਬਣਾਇਆ ਜਾਏ, ਇੱਕ ਇੱਕ ਕਲੀ ਨੂੰ ਫੜ ਕੇ ਸਾਰੇ ਗੁਰਮੁਖ ਬਾਹਰ ਆ ਜਾਣਗੇ ਅਤੇ ਬਾਹਰ ਆਪੋ ਆਪਣੇ ਇਲਾਕਿਆਂ 'ਚ ਸੱਚ ਦਾ ਪ੍ਰਚਾਰ ਕਰਨਗੇ, ਮਾਲਕ ਦਾ ਪ੍ਰਚਾਰ ਕਰਨਗੇ। ਅਤੇ ਹੁਣ ਗੁਰਮੁਖ ਪਿਆਰਿਓ, ਇੱਧਰ ਸਾਡੇ ਮਨ ਨੂੰ ਜਦੋਂ ਅਸੀਂ, ਵੈਸੇ ਤਾਂ ਖੇਡ ਰੋਜ਼ ਦੀ ਰੋਜ਼ ਚੱਲਦਾ, ਦਿਵਸ ਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗ, ਕਾਲ ਹਮੇਸ਼ਾ ਹੀ 24 ਘੰਟੇ ਮਾਲਕ ਦੇ ਦਰ 'ਤੇ ਰਹਿੰਦਾ। ਕਿਉਂ? ਮਨ ਨੂੰ ਭੁਲਾਇਆ ਜਾਂਦਾ, ਮਨ ਨੂੰ ਭੁਲਾਇਆ ਜਾਂਦਾ, ਭੁਆਲੀ ਦਿੱਤੀ ਜਾਂਦੀ ਹੈ। ਜੇ ਹੁਣ ਮਨ ਨੂੰ ਭੁਲਾਇਆ ਜਾਊ, ਮਨ ਲੱਭੂ ਮਾਲਕ ਨੂੰ, ਖੇਡ ਤਾਂ ਹੀ ਸ਼ੁਰੂ ਹੋਏਗਾ ਨਾ, ਅਤੇ ਕਾਲ ਨੇ ਲੱਭਣ ਨਹੀਂ ਦੇਣਾ, ਉਹ ਵਿਪਕਸ਼ ਵਿੱਚ ਹੈ, ਵਿਰੋਧੀ ਹੈ। ਅਤੇ ਹੁਣ ਗੁਰਮੁਖ ਪਿਆਰੇ ਕੀ ਹੋਇਆ ਕਿ ਜਦੋਂ ਮਨ ਰਾਜਾ ਮਾਲਕ ਕੋਲੋਂ ਹੁੰਦਾ ਹੋਇਆ, ਦਸਵੇਂ ਦੁਆਰ ਦੇ ਵਿੱਚ ਦੀ ਹੁੰਦਾ ਹੋਇਆ, ਨਿੱਜ ਮਹਿਲ ਦੇ ਵਿੱਚ ਦੀ ਹੁੰਦਾ ਹੋਇਆ, ਪ੍ਰਜਾ ਦਾ ਹਾਲ ਚਾਲ ਦੇਖਣ ਵਾਸਤੇ ਮਾਲਕ ਭੇਜਦਾ ਵੀ ਜਾ ਕੇ ਦੇਖ, ਤੂੰ ਰਾਜਾ ਹੈ, ਤੈਨੂੰ ਇੱਕ ਦੇਸ਼ ਦਿੱਤਾ ਗਿਆ ਹੈ। ਉਹ ਦੇਸ਼ ਕਿਹੜਾ ਜੀ? ਸਾਡਾ ਸਰੀਰ। ਇਹ ਸਰੀਰਕ ਰੂਪੀ ਦੇਸ਼ ਦਾ ਮਨ ਰਾਜਾ ਹੈ। ਕਾਇਆ ਕੋਟ ਗੜੇ ਮੇ ਰਾਜਾ, ਕਾਇਆ ਮਤਲਬ ਸਰੀਰ, ਕੋਟ ਮੀਨਜ ਸ਼ਹਿਰ, ਕਾਇਆ ਕੋਟ ਗੜੇ ਮੇ ਰਾਜਾ, ਨੈਬ ਖਵਾਸ ਭਲਾ ਦਰਵਾਜ਼ਾ, ਕਾਇਆ ਨਗਰੀ ਇਹ ਮਨ ਰਾਜਾ। ਹੁਣ ਮਨ ਰਾਜੇ ਨੂੰ ਸਲਾਹਕਾਰ ਦਿੱਤੇ ਜਾਂਦੇ ਆ ਅਤੇ ਕਰਿੰਦੇ ਦਿੱਤੇ ਜਾਂਦੇ ਆ ਵੀ ਜੇ ਮਨ ਰਾਜੇ ਨੇ ਕਿਤੇ ਸਲਾਹ ਲੈਣੀ ਹੋਵੇ ਤਾਂ ਇਹਨਾਂ ਤੋਂ ਸਲਾਹ ਲੈ ਸਕਦਾ, ਇਹ ਵਜ਼ੀਰ ਦਿੱਤੇ ਉਹਨੂੰ ਸਲਾਹਕਾਰ। ਜੇ ਕੋਈ ਕਿਰਤ ਕਰਨੀ ਹੈ, ਕਰਮ ਕਰਨਾ, ਤਾਂ ਆਹ ਕਰਿੰਦੇ ਦੇ ਦਿੱਤੇ, ਇਹਨਾਂ ਦੁਆਰਾ ਉਹ ਕਰਮ ਕਰ ਸਕਦਾ। ਅਤੇ ਮਨ ਰਾਜਾ ਜਦੋਂ ਮਾਲਕ ਤੋਂ ਇਜਾਜ਼ਤ ਲੈ ਕੇ ਇਹ ਸਰੀਰ ਵਿੱਚ ਆਉਂਦਾ, ਉਦੋਂ ਮਹਿਲ 'ਚੋਂ ਬਾਹਰ ਆਉਂਦਾ, ਇਹ ਗੁਰਮੁਖੋ ਖੇਲ ਉਲਟਾ ਹੈ, ਉਲਟਾ ਖੇਲ ਖਸਮ ਕਾ, ਉਲਟੀ ਗੰਗ ਸਮੁੰਦ ਸਮਾਵੇ। ਆਪਾਂ ਉਲਟ ਸਮਝਾਉਂਦੇ ਹਾਂ ਵੀ ਜਦੋਂ ਸੌਂ ਜਾਂਦੇ ਹਾਂ ਉਦੋਂ ਆਪਾਂ ਇੱਧਰੋਂ ਚਲੇ ਜਾਂਦੇ ਹਾਂ, ਨਹੀਂ, ਜਦੋਂ ਅਸੀਂ ਸੌਣ ਤੋਂ ਬਾਅਦ ਸਰੀਰ ਵਿੱਚ ਪ੍ਰਵੇਸ਼ ਹੁੰਦੇ ਹਾਂ ਉਦੋਂ ਸਾਡਾ ਮਨ ਘਰੋਂ ਬਾਹਰ ਆਉਂਦਾ। ਮਨ ਦਾ ਘਰ ਥਿਰ ਘਰ ਨਿੱਜ ਮਹਿਲ ਸੱਚਖੰਡ ਦਰਗਾਹ ਪ੍ਰਲੋਕ। ਅਤੇ ਸਵੇਰੇ ਜਦੋਂ ਬਾਡੀ ਦੇ ਨਾਲ ਸਪਰਸ਼ ਕਰਦਾ ਹੈ, ਸੰਬੰਧ ਹੁੰਦਾ, ਸੰਪਰਕ ਹੁੰਦਾ, ਤਾਂ ਉਦੋਂ ਇਹ ਮਨ ਰਾਜਾ ਮਹਿਲ ਵਿੱਚੋਂ ਬਾਹਰ ਆਉਂਦਾ ਪ੍ਰਜਾ ਦਾ ਹਾਲ ਦੇਖਣ ਵਾਸਤੇ। ਅਤੇ ਕਾਲ ਦਰ 'ਤੇ ਖੜਾ, ਜੋ ਮੀਟਿੰਗ ਹੁੰਦੀ ਹੈ, ਜੋ ਵਿਚਾਰ ਹੁੰਦੀ ਹੈ, ਕਾਲ ਨੂੰ ਪਤਾ ਲੱਗ ਜਾਂਦਾ। ਅਤੇ ਆਪਾਂ ਹੁਣ ਗੁਰਮੁਖਾਂ ਨੂੰ ਦੱਸਿਆ ਵੀ ਜਦੋਂ ਵੀ ਤੁਸੀਂ ਆਪਸ ਵਿੱਚ ਵਿਚਾਰ ਕਰਨੀ ਆ, ਖਾਸ ਕਰਕੇ ਜਿਹੜੇ ਪ੍ਰੈਕਟੀਕਲ ਕਰਦੇ ਨੇ, ਪ੍ਰਚਾਰਕ ਬੱਚੇ ਨੇ, ਯਕਦਮ ਇੱਕ ਦੂਸਰੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਨੀ, ਕਿਉਂਕਿ ਕਾਲ ਉੱਧਰ ਵੀ ਖੜਾ ਤਾਂ ਉੱਧਰ ਵੀ ਖੜਾ, ਦੋਨੇ ਪਾਸੇ ਕਾਲ ਖੜਾ। ਅਤੇ ਕਾਲ ਨੂੰ CID ਹੋ ਗਈ, ਉਹਨੂੰ ਪਤਾ ਲੱਗ ਗਿਆ ਵੀ ਹੁਣ ਇਹਨਾਂ ਨੇ ਆਹ ਕਾਰਵਾਈ ਕਰਨੀ ਆ, ਫਲਾਨੀ ਜਗ੍ਹਾ 'ਤੇ ਜਾ ਕੇ ਇਹਨਾਂ ਨੇ ਕਥਾ ਕਰਨੀ ਆ, ਫਲਾਨੀ ਜਗ੍ਹਾ 'ਤੇ ਜਾ ਕੇ ਇਹਨਾਂ ਨੇ ਸਿਮਰਨ ਕਰਾਉਣਾ, ਉੱਥੇ ਇਹਨਾਂ ਨੇ ਆਹ ਪ੍ਰੋਗਰਾਮ ਬਣਾਉਣਾ ਵੀ ਇੰਨੇ ਦਿਨ ਦਾ ਸਮਾਗਮ ਕਰਾਈਏ, ਅਤੇ ਉੱਥੇ ਕਾਲ ਕੀ ਕਰੇਗਾ? ਵਿਘਨ ਪਾ ਦੇਗਾ। ਕੀ ਕਰੇਗਾ ਜੀ?
ਕਾਲ ਪੰਜਾਂ ਦੇ ਰਾਹੀਂ ਵਿਘਨ ਪਵਾ ਦੇਗਾ। ਇਹ ਦੋ ਤਿੰਨ ਮੈਂਬਰ ਮੰਨ ਜਾਣਗੇ, ਪੰਜ ਚਾਰ ਨਹੀਂ ਮੰਨਣਗੇ, ਉਹ ਕਹਿਣਗੇ ਨਹੀਂ ਕਰਾਉਣਾ ਜੀ, ਨਹੀਂ ਕਰਾਉਣਾ, ਉੱਠ ਕੇ ਚਲੇ ਜਾਣਗੇ। ਝਗੜਾ ਤੁਸੀਂ ਹੁੰਦੇ ਦੇਖਿਆ ਨਾ, ਝਗੜੇ ਗੁਰਦੁਆਰਾ ਸਾਹਿਬ ਦੇ ਵਿੱਚ, ਮੰਦਰਾਂ ਮਸਜਿਦਾਂ ਦੇ ਵਿੱਚ, ਘਰਾਂ ਦੇ ਵਿੱਚ ਝਗੜੇ ਹੋ ਜਾਂਦੇ ਆ। ਉਹ ਕੌਣ ਕਰਾਉਂਦਾ? ਕਾਲ ਦੇ ਪੰਜ ਦੂਤ। ਕਹੋ ਕਬੀਰ ਪੰਚੋਂ ਕਾ ਝਗੜਾ, ਝਗੜਤ ਜਨਮ ਗਵਾਇਆ। ਘਰ ਤੋਂ ਲੈ ਕੇ ਆਪਦੇ ਜਿਹੜਾ ਘਰ ਹੈ ਆਪਣਾ, ਮਾਤਾ ਪਿਤਾ ਵਾਲਾ ਸਰੀਰ ਵਾਲਾ ਘਰ, ਇੱਥੋਂ ਤੋਂ ਲੈ ਕੇ ਆਂਢ ਗੁਆਂਢ, ਸ਼ਹਿਰ, ਸਮਾਜ, ਸਾਰੇ ਵਰਲਡ, ਕੰਟਰੀ, ਆਪਸ ਵਿੱਚ, ਦੇਸ਼ ਆਪਸ ਵਿੱਚ ਲੜੀ ਜਾਂਦੇ ਆ। ਅਤੇ ਕੌਣ ਲੜਾ ਰਿਹਾ? ਕਾਲ। ਕਾਲ ਪੰਜਾਂ ਦੂਤਾਂ ਦੇ ਰਾਹੀਂ, ਪੰਜਾਂ ਸਰਦਾਰਾਂ ਦੇ ਰਾਹੀਂ, ਉਹਦੇ ਸਰਦਾਰ ਨੇ ਜੀ, ਇਹ ਤਕੜੇ ਨੇ, ਅਤੇ ਤਾਂ ਹੀ ਸਾਨੂੰ ਧੱਕਾ ਕਰਦੇ ਸਾਡੇ ਨਾਲ। ਮਹਾਰਾਜ ਕਹਿੰਦੇ ਸਗਲ ਜਗਤ ਕੇ ਪੰਸਖਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਵਾਸਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਜਿਹੜੇ ਮਾਲਕ ਦੀ ਭਗਤੀ ਕਰਦੇ ਨੇ ਉਹਨਾਂ ਨੂੰ ਸਲਾਮਾਂ ਕਰਦੇ ਨੇ, ਅਤੇ ਦੂਸਰਿਆਂ ਨਾਲ ਧੱਕਾ ਕਰਦੇ ਨੇ, ਹਫ਼ਤਾ ਵਸੂਲੀ ਕਰਦੇ ਨੇ, ਧੱਕਾ ਕਰਦੇ ਨੇ। ਹੁਣ ਗੁਰਮੁਖ ਪਿਆਰਿਓ, ਕਾਲ ਨੂੰ ਪਤਾ ਲੱਗਾ ਕਿ ਮਨ ਰਾਜਾ ਆਪਦੇ ਸਲਾਹਕਾਰਾਂ ਨੂੰ ਲੈ ਕੇ ਅਤੇ ਕਰਿੰਦਿਆਂ ਨੂੰ ਲੈ ਕੇ ਆ ਰਿਹਾ। ਮੈਂ ਬੜਾ ਨਖੇੜ ਕੇ ਸਮਝਾਵਾਂ ਤੁਹਾਨੂੰ, ਸਲਾਹਕਾਰ ਕਿਹੜੇ ਨੇ? ਮਨ ਦੇ ਸਲਾਹਕਾਰ ਉਹ ਹੈ ਗਿਆਨ ਇੰਦਰੀਆਂ। ਅਤੇ ਗਿਆਨ ਇੰਦਰੀਆਂ ਕਿਹੜੀਆਂ ਨੇ? ਜਿਹੜੀਆਂ ਸਲਾਹ ਦਿੰਦੀਆਂ ਨੇ, ਕੰਨ, ਅੱਖਾਂ, ਨੱਕ, ਜੀਭ ਅਤੇ ਚਮੜੀ। ਇਹ ਕੀ ਹੈ ਜੀ? ਗਿਆਨ ਇੰਦਰੀਆਂ। ਚਮੜੀ ਨੂੰ ਗਰਮੀ ਜਾਂ ਠੰਡ ਲੱਗਦੀ ਹੈ, ਇਹ ਰਿਪੋਰਟ ਦਿੰਦੀ ਹੈ ਵੀ ਠੰਡ ਲੱਗਦੀ ਜਾਂ ਸੇਕ ਲੱਗਦਾ ਨਹੀਂ। ਔਰ ਜੀਵ ਨੇ ਦੱਸਿਆ ਵੀ ਸ਼ਗਨ ਵਿੱਚ ਕੌੜਾ ਸੀ ਜਾਂ ਮਿੱਠਾ ਸੀ, ਸਲਾਹ ਦਿੱਤੀ ਨਾ ਵੀ ਜੀਵ ਨੂੰ ਲੱਗਿਆ ਟੱਚ ਹੋਇਆ ਅਤੇ ਉਹਨੇ ਦੱਸਿਆ ਵੀ ਆਹ ਸਵਾਦ ਆਇਆ। ਨੱਕ ਨੇ ਸੁਗੰਧੀ ਲਈ ਸਲਾਹ ਦਿੱਤੀ ਵੀ ਚੰਗੀ ਆ ਜਾਂ ਮਾੜੀ ਆ। ਅੱਖਾਂ ਨੇ ਦੇਖ ਕੇ ਦੱਸਿਆ ਵੀ ਚੰਗਾ ਦੇਖਿਆ ਕਿ ਮਾੜਾ ਦੇਖਿਆ। ਕੰਨਾਂ ਨੇ ਸੁਣ ਕੇ ਦੱਸਿਆ ਵੀ ਚੰਗਾ ਸੁਣਿਆ ਕਿ ਮਾੜਾ ਸੁਣਿਆ। ਇਹ ਸਲਾਹਕਾਰ ਨੇ। ਇਸ ਤੋਂ ਅੱਗੇ ਕਰਿੰਦੇ, ਕਰਮਚਾਰੀ, ਕੀ ਕਹਿੰਦੇ ਉਹਨਾਂ ਨੂੰ? ਕਰਮਚਾਰੀ। ਉਹ ਕਰਮਚਾਰੀ ਕਿਹੜੇ ਨੇ? ਕਿਉਂਕਿ ਬੜਾ ਨਖੇੜ ਕੇ ਤੁਹਾਨੂੰ ਦੱਸਿਆ ਹੋਏਗਾ, ਤੁਹਾਨੂੰ ਗਾਂਹ ਸਮਝਾਉਣਾ ਸੌਖਾ ਹੋ ਜਾਏਗਾ। ਜਿਹੜੇ ਕਰਮਚਾਰੀ ਕਰਿੰਦੇ ਨੇ, ਉਹਨੇ ਦੋਵੇਂ ਹੱਥ ਇੱਕ, ਦੋਨਾਂ ਹੱਥਾਂ ਨੂੰ ਇੱਕ 'ਚ ਗਿਣੋ, ਦੋਨੇ ਪੈਰਾਂ ਨੂੰ ਇੱਕ 'ਚ ਗਿਣੋ, ਦੋ ਹੋ ਗਏ। ਤੀਜਾ ਮੁੱਖ, ਤੀਜਾ ਕੀ ਹੈ? ਸਾਡਾ ਮੂੰਹ। ਇਹ ਵਰਕ ਕਰਦਾ ਕਦੋਂ? ਜਦੋਂ ਮੂੰਹ 'ਚ ਬੁਰਕੀ ਪਾਉਂਦੇ ਹੋ, ਐਂ ਕੰਮ ਕਰਦਾ, ਇਹ ਕਰਿੰਦਾ, ਇਹ ਕਰਮਚਾਰੀ। ਅਤੇ ਦੂਸਰੇ, ਜਦੋਂ ਆਪਾਂ ਨੂੰ ਹਜਤ ਹੁੰਦੀ, ਆਪਾਂ ਬਾਹਰ ਅੰਦਰ ਜਾਂਦੇ ਹਾਂ, ਫਲੱਸ਼ ਜਾਂਦੇ ਹਾਂ, ਬਾਥਰੂਮ ਜਾਂਦੇ ਹਾਂ, ਇਹ ਪੰਜ ਜਿਹੜੇ ਕਰਿੰਦੇ ਨੇ, ਪੰਜ ਸਲਾਹਕਾਰ ਅਤੇ ਪੰਜ ਕਰਿੰਦਿਆਂ ਨੂੰ ਲੈ ਕੇ ਮਨ ਰਾਜਾ ਮਹਿਲ ਵਿੱਚੋਂ ਪਰਜਾ ਦਾ ਹਾਲ ਚਾਲ ਦੇਖਣ ਆਇਆ। ਅਤੇ ਕਿੱਥੋਂ ਆਇਆ? ਇੱਥੋਂ ਆਇਆ, ਇੱਥੋਂ, ਇੱਥੇ ਆ ਨਾ ਨਿੱਜ ਮਹਿਲ ਥਿਰ ਘਰ, ਇੱਥੋਂ ਹੁੰਦਾ ਹੋਇਆ ਮਨ ਇੱਥੇ ਆ ਗਿਆ, ਇੱਥੋਂ ਪਾਉਣ ਦੇ ਨਾਲ ਟੱਚ ਹੋ ਕੇ ਨੇਤਰਾਂ ਚਲਾ ਗਿਆ। ਹੁਣ ਜਦੋਂ ਇੱਧਰ ਨੂੰ ਐਂਟਰੀ ਕੀਤੀ ਮਹਿਲ ਦੇ ਵਿੱਚੋਂ ਮਨ ਰਾਜੇ ਨੇ ਸਲਾਹਕਾਰਾਂ ਦੇ ਨਾਲ, ਅਤੇ ਕਾਲ ਨੂੰ ਪਤਾ ਲੱਗ ਗਿਆ ਵੀ ਰਾਜਾ ਆ ਰਿਹਾ। ਹੁਣ ਕਾਲ ਦੇ ਕੋਲ ਜਿੰਨੀਆਂ ਸੁੱਖ ਸਹੂਲਤਾਂ ਸੀ, ਉਹ ਸਾਰੀਆਂ ਸੁੱਖ ਸਹੂਲਤਾਂ ਭੇਟਾ ਦੇ ਰੂਪ ਵਿੱਚ ਅੱਗੇ ਲੈ ਕੇ ਪੇਸ਼ ਹੋਇਆ। ਅਤੇ ਉਵੇਂ ਗੁਰਬਾਣੀ 'ਚ ਲਿਖਿਆ, ਕਹਿੰਦੇ ਜਮ ਕਾਲ ਮਿਲੇ ਅਤੇ ਭੇਟ ਸੇਵਕ ਨਿੱਤ ਹੋਈ। ਸੇਵਾਦਾਰ ਬਣ ਕੇ ਨਾਲ ਨਾਲ, ਰੋਜ਼ ਬਣਦਾ ਨਾ, ਰੋਜ਼ ਸਵੇਰੇ ਆਉਂਦੇ ਹਾਂ, ਸੇਵਾਦਾਰ ਬਣਦਾ, ਸੇਵਕ ਨਿੱਤ ਹੋਈ। ਹੁਣ ਇਹ ਭੇਟਾ ਦੇ ਰੂਪ ਦੇ ਕੇ ਨਾਲ ਨਾਲ ਮਨ ਰਾਜ ਦੇ ਨਾਲ ਨਾਲ ਕਾਲ ਤੁਰ ਪਿਆ ਪਿੱਛੇ ਪਿੱਛੇ, ਜਿਵੇਂ ਸਾਈਡ 'ਤੇ ਆਪਾਂ ਕਹਿੰਦੇ ਹਾਂ ਨਾ, ਦਿਖਾਉਂਦੇ ਜਾਂਦੇ ਹਾਂ ਕਿਸੇ ਅਫਸਰ ਨੂੰ, ਕਿਸੇ ਲੀਡਰ ਨੂੰ, ਆਹ ਦੇਖੋ ਜੀ ਆਪਾਂ ਆਹ ਬਣਾਇਆ, ਆਹ ਦੇਖੋ ਜੀ ਆਹ ਕੀਤਾ, ਐਂ ਦੱਸਦਾ ਜਾਂਦਾ ਨਾਲ ਨਾਲ। ਅਤੇ ਕਾਲ ਦੇ ਦੂਤਾਂ ਨੇ, ਕਾਮ ਕਰੋ ਲੋਮੋ ਹੰਕਾਰ ਨੇ ਦੇਖਿਆ ਕਿ ਸਾਡਾ ਮੁਖੀ, ਇਹਨਾਂ ਦਾ ਮੁਖੀ ਕੌਣ ਹੈ? ਕਾਮ ਕਰੋ ਲੋਮੋ ਕਰਦਾ ਕਾਲ। ਕਾਲ ਨੇ ਦੇਖਿਆ ਕਿ ਸਾਡਾ ਮੁਖੀ ਸਲਾਮਾਂ ਕਰ ਰਿਹਾ ਨੂੰ, ਵੀ ਇਹ ਕੋਈ ਰਾਜਾ ਹੈ, ਉਹਨਾਂ ਨੇ ਵੀ ਸਲਾਮ ਕੀਤੀ, ਉਹ ਵੀ ਮਗਰ ਮਗਰ ਚੱਲ ਪਏ। ਅਤੇ ਕਾਲ ਨੇ ਆਪਦੇ ਸਰਦਾਰਾਂ ਨੂੰ ਹੁਕਮ ਕੀਤਾ ਕਿ ਇਹ ਰਾਜਾ ਹੈ, ਇਹ ਪ੍ਰਜਾ ਦਾ ਹਲਚਲ ਦੇਖਣ ਆਇਆ, ਤੁਸੀਂ ਸੁੱਖ ਸਹੂਲਤਾਂ ਦੇ ਦਿਓ ਇਹਨੂੰ, ਇਹਨੂੰ ਸੁੱਖ ਸਹੂਲਤਾਂ ਦਿਓ, ਇਹਨੂੰ ਵੀ ਦਿਓ, ਇਹਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਵੀ ਦਿਓ, ਅਤੇ ਜਿਹੜੇ ਸਲਾਹਕਾਰ ਨੇ ਉਹਨਾਂ ਨੂੰ ਵੀ ਦਿਓ, ਵੀ ਸੁੱਖ ਸਹੂਲਤਾਂ ਇੰਨੀਆਂ ਦੇ ਦਿਓ ਵੀ ਇਹ ਸਮਝੇ ਕਿ ਜੇ ਮੈਂ ਸੁਖੀ ਹਾਂ ਤਾਂ ਸਾਰੇ ਸੁਖੀ ਨੇ।
कोई दुखी नहीं है। तो उन्होंने सुख सहूलत दे दतिया कि सुख सहूलत दतिया ये हूँ गुरबाणी के दसिया कहते नैनो नींद पर दृष्ट विकार सरवण सोई सुन निंद विचार रचना सोई लोग मीठे साध मन सोया माया बिस्मार। हुण आपां इन्हां नूं प्रैक्टिकली लईए भी किवें तुसी आपां मूवी भी देखते हैं नाटक देखते हैं हाँ जी तो रज के खा पी के सौ जाने है ना फिर सवेरे एक करिंदे भी कहते नहीं असी नहीं अजे उठन देना है ना आपां नूं हुंदे कई वारी साजरे उठना होवे तो आप घेसो जी नहीं मार देंदे भी हजे तो 5 मिनट घड़ी अगे की हुई है हजे है 5-7 मिनट है ना ए करके मन ही समझाई जाते हैं ना होंगे ना कई बार वो फिर ये रोल अदा करते हैं क्योंकि ये भी सुखराम च पै गए तो जोड़े सलाहकार से वह भी सुखराम च पै गए वो पराया तन देखने सुन दे आदि हो गए तो मन राजा उन्होंने बंदीखाने के कैद कर तैयारी कर ली मन नूं बंदीखाने दे विच कैद करन दी पूरी व्यौंत बना ली। इन्हां ने फिर काल दे नाल मीटिंग कीती पंजां दी काल नाल मीटिंग होई ते कहिंदे काल इन्हां दा मुखी आ कहिंदे जी की हुक्म आ काल कहिण लग गया भी मन आ चुक्या अपने इलाके च सुखराम मानदा इहनूं मद पिआउणी शुरू करो इहनूं मद कहिंदे शराब नूं शराब पियाओ तो उन्नी देर पियाई जायो जिनी देर इहदा सबर नहीं टुटदा जिनी देर कई बार कई बंदे होंदे ना वो ज़्यादा लालची होंदे पीन दे तो मुड़ के आपदे हाथ नाल ही पीन लग जांदे तो ज़्यादा पा लेंदे मतलब लालच करदे। हुण इधर मन दे लई मद कौन बनिया मन दे लई शराब कौन बनिया मन दे लई शराब बनिया काम। ये हुण पूरा शब्द सुनियो तुसीं कहिंदे भी जिवें एक हाता हुंदा उत्थे मंजूरी हुंदी है गौरमेंट की मंजूरी हुंदी मंजूर शुदा हाता कह दिंदे उत्थे लिखिया हुंदा भी जिहड़ा मर्जी पी सकदा इत्थे कोई तुहानूं रोक टोक नहीं है उहनूं हाता कह दिंदे। पुराने समें च मजलस कहिंदे सी की कहिंदे सी मजलस ते कलयुग दे विच कहिंदे कल कल वाली काम मद मनुआ पीवन हार कौन पींदा इहनूं मन पींदा मनुआ पीवन हार क्रोध कटोरी क्रोध की बनिया कटोरी बनिया क्रोध कटोरी मोह भरी वो विच की भरिया कटोरी दे विच मोह भरिया मोह भरी पलावा हंकार मूड लाउण वाला कौन आ हंकार। देखो किधर समझदे सी सीन किधर होया ना कल कल वाली काम मद मनुआ पीवन हार क्रोध कटोरी मोह भरी पलावा हंकार मजलस कूड़े लभ की पी पी होए खुआर भी सारे जाने ये हाते दे विच जिहड़े पींदे ने काल दे बंदीखाने दे विच उहनां नूं पिआउंदे ने सारे ही जिहड़े उह खुआर हुंदे ने क्योंकि उह आपदी गुरमत नाल नहीं चलदे उह गुरू दी मत नाल नहीं चलदे उह इहनां पंजां दे मगर लग के आपदी मत अपनाउंदे मन मत इहनां वर्गे ही हो जांदे ने। हुण गुरमो प्यारिओ जदों उन्होंने रिपोर्ट दिती पंजा ने आपदे सरदार ने कहिंदे जी काल ने हुण काफ़ी मद पी कहिण दा मतलब की विचारां च काम दे विचार क्रोध दे मोह दे अहंकार ख्यालां च पै गए कहिंदे जी हुण इहने काफ़ी पी ली हुण की करिए उह कहिंदे नहीं काल कहिंदा नहीं इहनूं पियाई चलो जिन्नी देर आप नहीं इहदा सबर नहीं टुटदा जदों इहदा सबर टुटेगा आपदे आप पीणी शुरू कर देगा आप मुद्रा विचारां च तुरिया फिरेगा पहलां तुसीं थोड़ी जी मत करनी है विचारां च पाउणा फिर अपने आप ही कदी उधर जाना कदी उधर रजो सतो तमो च केड़े कढ़दा रहेगा एक सैकंड भी विचारां तों रहत नहीं होएगा उवें कि गुरबाणी च लिखिया कहिंदे फिर इहदा सबर टुट जांदा है ते आप अगे वध वध के पींदा कहिंदे ना सबूर होवे फिर मांगे सबूर मींस सबर ते किस तरह कहिंदे जदों इह फिर ऐ इहदा सबर टुटदा है फिर कहिंदे टेक के नहीं बैठेगा जिवें कई कहिंदे जी मन नहीं टेकदा वो टेक के नहीं बैठेगा
ਇੱਥੇ ਉਦਾਹਰਣ ਦਿੱਤੀ ਆ ਬ੍ਰਹਮਾ ਜੀ ਦੇ ਲੜਕੇ ਦੀ। ਬ੍ਰਹਮਾ ਜੀ ਦਾ ਬੇਟਾ ਹੋਇਆ ਨਾਰਦ। ਕਹਿੰਦੇ ਨਾਰਦ ਟਿਕ ਕੇ ਨਹੀਂ ਸੀ ਬਹਿੰਦਾ, ਉਹ ਇੱਕ ਦੂਸਰੇ ਦੀ ਲਾਈ ਬਜਾਈ ਕਰਦਾ ਸੀ, ਉਹਨੂੰ ਕੁਛ ਕਹਿ ਦਿੰਦਾ ਸੀ, ਉਹਨੂੰ ਕੁਛ ਕਹਿ ਦਿੰਦਾ ਸੀ। ਅਤੇ ਵੈਸੇ ਜੇ ਤੁਸੀਂ ਕਹੋ ਇੱਕ ਸਾਖੀ ਹੈ ਥੋੜ੍ਹੀ ਜਿਹੀ, ਮੈਂ ਸੁਣਾ ਦਿੰਦਾ ਤੁਹਾਨੂੰ ਨਾਰਦ ਦੀ। ਨਾਰਦ ਨੇ ਦੇਖਿਆ ਕਿ ਦੋ ਪਤੀ ਪਤਨੀ ਪੰਡਿਤ ਪੰਡਾਣੀ ਬੜੇ ਪਿਆਰ ਨਾਲ ਰਹਿ ਰਹੇ, ਬੜਾ ਸੁਖੀ ਇੱਕ ਦੂਜੇ ਦੇ ਕਹਿਣੇ ਵਿੱਚ ਨੇ, ਪਤੀ ਵਰਤਾ ਨੇ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ। ਇਹਨੂੰ ਇਹ ਉਹਨਾਂ ਦੀ ਖੁਸ਼ੀ ਚੰਗੀ ਨਹੀਂ ਲੱਗੀ ਨਾਰਦ ਨੂੰ, ਵੀ ਇਹ ਕਿਉਂ ਖੁਸ਼ ਰਹਿੰਦੇ। ਇਹਨੇ ਕਿਹਾ ਸੋਚਿਆ ਵੀ ਇਹਨਾਂ ਨੂੰ ਕੋਈ ਲਾਈ ਬੁਝਾਈ ਕਰੀਏ, ਹੈ ਨਾ। ਅਤੇ ਉਹ ਚੱਲਿਆ ਆ ਗਿਆ ਪੰਡਿਤ ਜੀ ਆਪਦੀ ਘਰਵਾਲੀ ਨੂੰ ਕਹਿੰਦੇ, ਕਹਿੰਦੇ ਵੀ ਅਸੀਂ ਬਾਹਰ ਜਾਏਗੀ ਵੀ ਆਉਂਦੇ ਹਾਂ ਥੋੜ੍ਹੀ ਦੇਰ ਤੱਕ। ਉਹ ਕਹਿੰਦੇ ਠੀਕ ਹੈ ਜੀ, 7 ਵਜੇ। ਪਿਆਰ ਬੜਾ ਸੀ ਅਤੇ ਗਾਂ ਨਾਰਦ ਪ੍ਰਗਟ ਹੋ ਗਿਆ, ਕਹਿੰਦਾ ਨਾਰਾਇਣ ਨਾਰਾਇਣ। ਜਿਵੇਂ ਉਹ ਨਾ ਉਹ ਪੰਡਿਤ ਨੇ ਕਿਹਾ ਧੰਨ ਭਾਗ ਜੀ ਸਾਡੇ, ਹੈ ਨਾ। ਅਤੇ ਪੰਡਿਤ ਨੇ ਕਿਹਾ, ਕਹਿੰਦੇ ਚਲੋ ਜੀ ਘਰ ਨੂੰ ਚੱਲਦੇ ਹਾਂ, ਘਰੇ ਜਲ ਪਾਣੀ ਛਕੋ। ਕਹਿੰਦੇ ਨਹੀਂ ਜੀ, ਸਹਿਯੋਗ ਤੁਹਾਡਾ ਗਲਤ ਹੋ ਗਿਆ। ਪਤੀ ਪਤਨੀ 'ਚ ਪਾੜ ਪਾਤਾ। ਕਹਿੰਦੇ ਤੁਹਾਡਾ ਸਹਿਯੋਗ ਗਲਤ ਹੋ ਗਿਆ, ਵੀ ਤੁਹਾਡੀ ਵਾਈਫ ਦਾ ਜਿਹੜਾ ਸੀ ਨਾ ਪਿਛਲਾ ਜਨਮ ਉਹ ਮਨੁੱਖ ਦਾ ਨਹੀਂ ਸੀ, ਅਤੇ ਵੀ ਮੈਂ ਨਹੀਂ ਛਕਣਾ। ਉਹ ਉਹਨੇ ਜ਼ੋਰ ਪਾਇਆ ਵੀ ਕੀ ਸੀ ਪਿਛਲੇ ਜਨਮ 'ਚ, ਫਿਰ ਉਹਨਾਂ ਨੇ ਦੱਸਿਆ ਵੀ ਆਹ ਸੀ, ਹੈ ਨਾ। ਅਤੇ ਫਿਰ ਉਹ ਵਿਚਾਰਾ ਗਾਂਹ ਚਲਾ ਗਿਆ ਅਤੇ ਉਹਨਾਂ ਦੇ ਘਰ ਆ ਗਿਆ। ਘਰ ਆਣ ਕੇ ਇੱਕ ਉਹਨਾਂ ਦੀ ਵਾਈਫ ਨੇ ਬੜਾ ਮਾਣ ਸਤਿਕਾਰ ਦਿੱਤਾ, ਹਾਂਜੀ। ਅਤੇ ਉਹ ਕਹਿੰਦੇ ਵੀ ਛਕੋ। ਕਹਿੰਦਾ ਮੈਂ ਛਕ ਤਾਂ ਲੈਂਦਾ ਤੁਹਾਡੇ ਘਰ ਦਾ ਕੋਈ, ਪਰ ਤੁਹਾਡਾ ਸਹਿਯੋਗ ਗਲਤ ਹੋ ਗਿਆ। ਉਹ ਕਹਿੰਦੇ ਕੀ? ਕਹਿੰਦੇ ਤੇਰਾ ਪਤੀ ਫਲਾਨੇ ਪਿਛਲੇ ਜਨਮ 'ਚ ਆ ਸੀ, ਉਹ ਦੁਬਧਾ ਖੜੀ ਕਰਦੀ, ਹੈ ਨਾ। ਅਤੇ ਇਸ ਤਰ੍ਹਾਂ ਦਾ ਰੋਲ ਕਰਦਾ ਸੀ ਨਾ। ਕਹਿੰਦੇ ਫਿਰ ਜਿਵੇਂ ਨਾਰਦ ਟਿਕ ਕੇ ਨਹੀਂ ਸੀ ਬਹਿੰਦਾ, ਇਸੇ ਤਰ੍ਹਾਂ ਸਾਡਾ ਮਨ ਵੀ ਫਿਰ ਇੱਕ ਜਗ੍ਹਾ 'ਤੇ ਟਿਕੇਗਾ ਨਹੀਂ। ਉਹ ਕਹਿੰਦੇ ਨਾ ਸਬੂਰ ਹੋਵੇ ਫਿਰ ਮੰਗੇ, ਨਾਰਦ ਕਰੇ ਖੁਆਰੀ, ਲੱਭ ਅੰਧੇਰਾ ਬੰਦੀ ਖਾਨਾ, ਔਗਣ ਪੈਰ ਲੁਹਾਰੀ। ਕਹਿੰਦੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹਨੇਰੇ ਦੇ ਵਿੱਚ ਬੰਦੀ ਖਾਨੇ, ਚਾਨਣ ਨਹੀਂ ਨਾ ਹੁੰਦਾ, ਲਾਈਟ ਨਹੀਂ ਜਗਾਉਂਦੇ ਉੱਥੇ, ਅਤੇ ਉਹ ਬੰਦੀ ਖਾਨੇ ਦੇ ਵਿੱਚ ਫਿਰ ਇਹਨੂੰ ਹਨੇਰੇ ਦੇ ਵਿੱਚ ਸਿੱਟ ਦਿੱਤਾ। ਕਿਹਨੂੰ? ਮਨ ਨੂੰ। ਮੌਕੇ ਦਾ ਰਾਜਾ ਉਹਨੂੰ ਪਲਾ ਹੀ ਦਿੱਤਾ ਕਿ ਤੂੰ ਰਾਜਾ, ਅਤੇ ਰਾਜ ਆਪ ਕਰਨ ਲੱਗੇ। ਹੁਣ ਗੁਰਮੁ ਪਿਆਰਿਓ, ਇਹਨਾਂ ਪੰਜਾਂ ਨੇ ਆਪਦੇ ਮੁਖੀ ਨੂੰ ਕਾਲ ਨੂੰ ਕਾਮ ਕਰੋਲੋ ਮੰਗਾਰ ਨੇ ਰਿਪੋਰਟ ਦਿੱਤੀ ਵੀ ਹੁਣ ਇਹਦਾ ਸਬਰ ਟੁੱਟ ਗਿਆ ਜੀ, ਆਪ ਹੁਜ਼ਰਾ ਹੋ ਗਿਆ। ਫਿਰ ਵੀ ਕਾਲ ਨੇ ਸੋਚਿਆ ਵੀ ਨਿਕਲ ਸਕਦਾ ਹੈ, ਹਜੇ ਵੀ ਬੰਦੀ ਖਾਨੇ ਦੇ ਵਿੱਚੋਂ, ਕੈਦ ਖਾਨੇ ਦੇ ਵਿੱਚੋਂ ਨਿਕਲ ਸਕਦਾ। ਅਤੇ ਬੰਦੀ ਖਾਨੇ ਦੇ ਉੱਪਰ ਜਾਲ ਛਿੜਤਾ। ਕੀ ਪਾ ਦਿੱਤਾ ਜੀ? ਜਾਲ ਪਾ ਦਿੱਤਾ। ਅਤੇ ਹੁਣ ਉਹ ਜਾਲ ਬਾਰੇ ਤੁਸੀਂ ਗੁਰਬਾਣੀ 'ਚ ਪੜ੍ਹਦੇ ਹੋ, ਕਾਲ ਜਾਲ ਜ਼ਿਬਾ ਔਰ ਨੈਣੀ ਕਾਨੀ ਕਾਲ ਸੁਣੇ ਵਿਖ ਬੈਣੀ। ਇਹ 3 ਪੁਆਇੰਟ ਹੈ ਜੀ, ਰਸਨਾ, ਅੱਖਾਂ ਅਤੇ ਕੰਨ। ਇਹਨਾਂ 3 ਪੁਆਇੰਟਾਂ 'ਚੋਂ ਮਨ ਨਿਕਲ ਸਕਦਾ ਬੰਦੀ ਖਾਨੇ 'ਚ। ਰਸਨਾ ਦੇ ਨਾਲ ਅੰਮ੍ਰਿਤ ਰਸ ਪੀ ਸਕਦਾ, ਅੱਖਾਂ ਦੇ ਨਾਲ ਮਾਲਕ ਨੂੰ ਦੇਖ ਸਕਦਾ, ਕੰਨਾਂ ਨਾਲ ਮਾਲਕ ਦੀ ਆਵਾਜ਼ ਨਾਮ ਧੁਨ ਨੂੰ ਸ਼ਬਦ ਨੂੰ ਸੁਣ ਸਕਦਾ। ਇਹਨਾਂ 3 ਪੁਆਇੰਟਾਂ 'ਤੇ ਕਾਲ ਨੇ ਜਾਲ ਛੱਡਤਾ। ਕਾਲ ਜਾਲ ਜਿਹਬਾ ਔਰ ਨੈਣੀ ਕਾਨੀ ਕਾਲ ਸੁਣੇ ਵਿਖ ਬੈਣ, ਵੀ ਇਹ ਬਾਹਰਲੇ ਸਵਾਦਾਂ 'ਚ, ਬਾਹਰ ਦੇਖਣ 'ਚ ਚੰਗਾ ਮਾੜਾ, ਬਾਹਰ ਸੁਣਨ 'ਚ ਚੰਗਾ ਮਾੜਾ ਲੱਗ ਜਾਏ, ਇਹਨੂੰ ਮਾਲਕ ਦੀ ਯਾਦ ਨਾ ਆਵੇ, ਇਹ ਬੰਦੀ ਖਾਨੇ 'ਚ ਹੀ ਰਹੇ। ਅਗਰ ਗੁਰਮੁ ਪਿਆਰਿਓ, ਅਸੀਂ ਜੂਨਾਂ ਦੇ ਵਿੱਚ ਰਵਾਂਗੇ, ਕਿਸੇ ਵੀ ਜੂਨ 'ਚ ਰਹਾਂਗੇ, ਚਾਹੇ ਮਨੁੱਖ ਜਾਮੇ ਜਾਵਾਂਗੇ, ਫਿਰ ਵੀ ਅਸੀਂ ਕਾਲ ਦੇ ਬੰਦੀ ਖਾਨੇ 'ਚ ਹੀ ਫਸਾਂਗੇ ਆ ਕੇ। ਕਿਉਂਕਿ ਜਿੰਨੇ ਵੀ ਸੰਸਾਰ ਦੇ ਉੱਤੇ ਮਨ ਆਏ ਹੋਏ ਨੇ, ਸਾਰਿਆਂ ਦੇ ਮਨਾਂ ਨੂੰ ਕਾਲ ਨੇ ਆਪਣੇ ਬੰਨਿਆ ਹੋਇਆ। ਸਭ ਜੱਗ ਬੰਨਦਿਓ ਕਾਲ ਕੋ, ਬਿਨ ਗੁਰ ਕਾਲ ਅਫਾਰ। ਗੁਰੂ ਬਾਹਰ ਆਏ ਦੀ ਪਕੜ 'ਚੋਂ, ਬਾਕੀ ਸਾਰੇ ਨੇ ਪਕੜੇ ਹੋਏ ਕਾਲ। ਹੁਣ ਗੁਰਮੁ ਪਿਆਰਿਓ, ਇੰਨਾ ਫਿਕਰ ਹੈ ਕਾਲ ਨੂੰ, ਨਾਲੇ ਉਹ ਦਰ 'ਤੇ ਰਿਪੋਰਟ ਉਹਨੂੰ ਪਤਾ ਲੱਗਦਾ, ਮਨ ਨੂੰ ਤਾਂ ਪਤਾ ਨਹੀਂ ਲੱਗਦਾ। ਇਹਨੂੰ ਪੁਹਾਲੀ ਦਿੱਤੀ ਜਾਂਦੀ ਹੈ। ਇਹਨੂੰ ਕੀ ਦਿੱਤੀ ਜਾਂਦੀ ਹੈ? ਪੁਹਾਲੀ ਦੇ ਕੇ ਪਿਛੋਕੜ ਪਲਾ ਦਿੱਤਾ ਜਾਂਦਾ। ਗੁਰਬਾਣੀ 'ਚ ਲਿਖਿਆ, ਕਹਿੰਦੇ ਦੀ ਪੁਹਾਲੀ
पुरख बधाते बहुर बहुर जन मंदे। जिमें पुराने समय के गेमां बदल गई, खेडां बदल गई, उदों एक बच्चे दी अखां ते पट्टी बन दिंदे सी ते दूसरे बच्चे उन्हों घुमा के छड़ दिंदे सी ते उन्हों कहिंदे तू फड़, ते जिन्हों जिन्हों हत्थ लग जांदा फिर उहदी वारी आउंदी सी, उन्हों कहिंदे सी पुहाली दे के छड्या। जदों मालक ने पुहाली दे के छड्या सतजुग दे विच आपां नूं, बस ऐसी पुहाली दित्ती मुड़के जन्मां दे जिन्हां दे विच अगे दी अगे चले गए। दी पुहाली पुरख बधाते बहुर बहुर जन्मां दे। हुण गुरमुख प्यारिओ काल ने देखिया भी हजे भी निकल सकता है। देखो पहला मत प्याई पूरी उन्हों होंदी शुद्ध बुद्ध भलाई बंदीखाने च कैद किया, उतों दी जाल पाया, फिर भी सोचता भी हजे भी निकल सकता, फिर की कीता किसी पर यकीन नहीं किया, आप गेड़ा मारना शुरू कर दिता बंदीखाने के उपर दी राउंड मारना शुरू करता भी कितने निकल ना जाए। हुण इत्थे आपां नूं गुरबाणी दे विच गुरु महाराज ने दस्या है, कहिंदे भी जदों सानूं पता लग ही गया भी काल जिहड़ा है उहने जाल सिटिया होया है, असीं विच फस सकदे हां, ते कहिंदे जाल नाल नाल कट्टो, जाल नूं नाल नाल कट्टो। उह किवें कढ़णा हुंदा? कामकार करदे होइआं ने वाह गुरू वाह गुरू नाल दी नाल जाल कट्टिया जाएगा। महाराज कहिंदे जाल पसार चूक विस्तारी पंखी ज्यो पहावत है, कहो नानक बंधन काटन को मैं सतगुर पुरख त्यावत है। बंधन हाँ जी बंदीखाना ही है ना, भी इन्हों नूं कटन वास्ते मैं सतगुर पुरख त्यावत है, भी उहदा मैं सिमरन करांगा वाह गुरु वाह। वो आपां जाल नूं कट रहे हैं भी जे कितें उड्डना पै जाए, शरीर छड के जाना पै जाए मालक कोले, ते असीं फसीए ना जाल च, असीं सीधे अकाल पुरख वाहिगुरु जी कोले चले गए। अगर असीं जूना च आ गए तो समझ लो फस गए जाल च, बंदीखाने च ही रह गए। हुण गुरमुख प्यारो किवें काल फिर राउंड मार रहा उपर गेड़ा कढ़दा पिया, उवें गुरु ग्रंथ साहिब महाराज की बाणी के शब्द लिखिया, कहिंदे दिन ते पहर, दिन ते पहर, पहर ते घड़ियां आप घटे तन शिजे, काल अहेरी फिरे बंधक ज्यों कहो कवन बिद कीजै। कहिंदे भी काल राउंड मारी जांदा, हुण फिक्र करो किवें निकलिए, किहड़ी विधि अपनाइए, किहड़ी युक्ति अपनाइए भी इहदे बंदीखाने तों आजाद हो जाइए। हुण गुरमुख प्यारो एडा तकड़ा प्रबंध कर दिता ते हुण इत्थों निकलांगे किवें? चलो आपां अखीर ते जाके ये फिर जिवें कमला नहीं हो जाता बंदा, कहिंदा जी हुण इहनूं घर दी याद नहीं रही, हुण इहनूं ना इहनूं आपदा पता भी मैं कौन हाँ, ना इहनूं घर दा पता, ना इहनूं पता मेरे प्यो दा नाम की है, माँ दा नाम की है, ना इहनूं पता मैं कित्थों आया कित्थे जाणा। जिवें हुण राह दे विच कोई कमला मिल जाए ते आपां नूं तरस आ जाए, पुछिए भी तेरा पिंड किहड़ा, उहनूं पता ही ना होवे आपां कोई तेरा नाम की है पता ही नहीं, क्योंकि उह शुद्ध बुद्ध भुल गया कमला, बिण नामे जग कमला फिरे गुरमुख नदरी आया। हुण खीर ते जा के काल फिर इहनूं छड़ दिंदा भी कमला बना के छड़ दिंदा, ते उहनूं कहिंदे ने बौरा। की कहिंदे? कमले नूं बौरा कहिंदे ने। बाबा कबीर जी कहिंदे हाँ, देखो भगती करन वाले नूं लोक बौरा कहिंदे ने, पर उहनां दी निगाह दे विच जिन्हां नूं नाम दा भेद नहीं उह बौरे हुंदे ने। बाबा कबीर जी ने मन ही लिया, कहिंदे मैं बौरा सब खलकत सियाणी, खलकत मीनज दुनिया, सारी दुनिया सियाणी, कहिंदे मैं ही कमला, मैं कमला ही हाँ, पर मिलिया होया सी मालक नूं तां ही कह रहा ना भी मैं कमला, मैं बौरा सब। वह फिर खीर ते जाके मन नूं ये बौरा करके इहदे मगर दुबधा ला लैंदे, दुबधा चिंबड़ जांदे आ, ते उह गुरबाणी दे विच लिखिआ दुबधा बौरी मन बौराया झूठे लालच जन्म गवाया। असीं सारे झूठे लालचां दे विच जन्म गवा रहे हाँ, अदर बाहरली माया जिहड़ी है ना, तियां पुत भैन भरा जमीना जायदादां घर बार आपदा शरीर, ये झूठी माया, ये तो उदों ही जदों ऐ निकल जांदी है शरीर कमला जांदा, जदों आपां नूं पता लगदा फलाना शरीर छड्ड गया खास बंदा अपना आप कमला जांदा,
पैसे हथों डिग पैन तां कमल आ जाने, धी पोते कोई सट लग जाए तां कमल आ जाने, है ना। वो कहते माया झूठी रस है एक चसे में पाज लह जाए, हथों छुड़की तन सुवाह होए बदन जाए कमलाए। कहते जो हथों छुड़ जाती है ना कोई भी चीज़ तो घबरा जाने आप, हाथ पैर पीले पै जाते, नीले हो जाते। इस तरह की हालत ये कमला कर देंगे, बाद दुबधा चमेट दिता काल तुरैया फिर। हुण जो दुबधा चिंबड़ जाती है उन्होंने कही भी आ जा भी तेन तेरे घर की गल सुनाइए, तेन पिछोकड़ याद कराइए, छेती बहता ही नहीं। हौली 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 फिर उन्हों सहज में लियाना पैदा। सहज में लियान का एको एक तरीका है, बड़े ही प्यार दे नाल सिमरन करना, अगले नूं एक बारी ला दिओ भी हाँ ऐ करना। तो उन्हों कई गुरमुख आपदे आप गलतियां करते हैं, गाइडलाइन नहीं लेते। वो की करते हैं किसी के कहने मुताबिक 40 दिन की आराधना मन में सोचना, मैं चलीसा कढ़ना 40 दिन कढ़ना, वो बैठ जाता है तो उन्होंने कहते सौना नहीं, जे तेनों नींद आवे नींद ना आवे। तो मेरा ख्याल भी जे 3 दिन वो नींद बिल्कुल ना आ जाए तो वह मैंटल हो जाएगा, पागल हो जाएगा, जां तां आपकी गल मनाएगा है जी, तो जां बिल्कुल ही कहेगा इस तरह नहीं इस तरह, है ना। तो आप हुण बंदीखाने दे विच मन आए हुए ने, खैर आप तुसीं तां निकल रहे हो, काफ़ी गुरमुख निकले ने बंदीखाने दे विचों, ते जेड़े हजे बंदीखाने विच कैद ने अपने भैन भरा रिश्तेदार जिन्हां नाल अपनी लिहाज ओह दोस्त मित्र, ते ओह भी निकल जाण, ओह भी निकल जाण। इसे लई आपां प्रचार करदे हां, नहीं तां गुरमुख आपदा खेड़ आराम नाल फतेह करके घरे बैठ सकदा। तो मन में हुंदा भी सच्चे पातशाह होर निकल जाण। तो हुण कलयुग का समा है, हुण चौं युगां का हुण नबेड़ा है, जे हजे भी ना निकले तो फिर कदों निकलांगे। तो नाले छोट बड़ी वड्डी है, छोट बड़ी वड्डी छोट दिती है। 8 पहर, 8 पहर अराधिए पूर्ण सतगुर ज्ञान, पूर्ण ज्ञान आ जाएगा। तुसीं अराधो फुरनिया तो रहत हो गए, किसी की परवाह ना करो, सिर्फ सिमरन करो वाह गुरु, तुरदे फिरदे खाँदे पीते तुहानू मालक भुले ना, तो देखो छेती मिल जाएगा, ज्ञान आ जाएगा। ज्ञान आने का मतलब यह होंगे भी तुसी जे मिलाप कर लिया तो तुहानू ज्ञान आ गया, जे मिलाप ही नहीं किया तो ज्ञान नहीं आया, क्योंकि पता ही नहीं किस तरह का वो। तो पूर्ण ज्ञान उदों जदों तुसी पछाण लिया भी आ मेरा मालक, आ मेरा मालक जिन्हें आपदे नालों छोड़ के खेड़ विच भेजा सी, ये मालिक आ जिन्हें अगे माया बनाई, माया काल नूं कहिंदे ने, काल ने साडे मन नूं उलझाया ते पंजां दे राहीं बंदीखाने विच कैद कराया। तो हुण मौका निकलिए, दिवाली वाले दिन गुरु हरगोबिंद साहिब महाराज जी ने 52 राजे ग्वालियर दे किले दे विचों बंदीखाने दे विचों, तां ही आपां बंदी छोड़ दिवस मनाउंदे आ बंदी छोड़। उस दिन रामचंद्र जी ने भी वनवास कट के आए सी, वह भी दिन नूं मुख रख के दिवाली मनाउंदे गुरमुख। तो हुण उह कौन जिन्हें सानू बंदीखाने चो आजाद करवाना है, सतगुरु दाता बंदी छोड़ है, सतगुरु बंदी छोड़ है। आप मालिक के चरणों बेनती करिए सच्चे पातशाह भी सानू बंदीखाने दे विचों आजाद कराओ, सानू बंदीखाने चो आजाद कराओ। तो फिर वो ज्ञान देंदे ने गुरबाणी दे राही आपां नूं, कहिंदे जिहड़ा मालिक है वो सच है, तो मालक दे मुख की आवाज़ सच्चा शब्द है, कहिंदे उन्हूं तुसी सच्ची बाणी समझो, उन्हूं तुसी सच्ची बाणी समझो, उन्दे विच तुसी समाजो सुन सुन के, ते तुसी काल दे बंदीखाने दे विचों, काल दी जेल दे विचों तुसी रिहा हो के आपदे घर आ सकदे हो। दुनियावी जेल दे विचों जदों बंदा रिहा हुंदा तो कित्थे आउंदा जी, आपदे घर आउंदा। इधर मन काल दे जेल विचों जदों रिहा होएगा तो कित्थे जाएगा, आपदे घर। ते मन दा घर किहड़ा, थिर कर निज महल सचखंड दरगाह परलोक बेगमपुरा शहर अबचल नगर बेगम, उत्थे कोई गम नहीं है, चिंता नहीं है, टेंशन नहीं है, उत्थे जाएगा। तो हुण गुरबाणी दे विच लिखिआ कहिंदे सच्चा शब्द
सच्ची है बाणी गुरमुख विरले किन्ने पछाणी सच्चे शब्द रते बैरागी आवन जान रिहाई है। आवागमन तो जमन मरण तो रिहाई हो जाएगी, तुसी मालक नाल तुहाडा मिलाप हो जाएगा। तो जे असी मालक नाल मिलाप कर लिए सदीवी सुख मिलेगा। एक सुख नहीं कनेरे सुख मिलते हैं, किन्ने मिलते कनेरे सुख मिलते हैं। तो असी आ दुनियावी थोड़े जे सुखों की खातर कनेरे सुख क्यों जान देंगे इतों? हाँ जी, नाले पता सानू भी जो इतने सानू देना है जिहड़ा समा आ गया वह समय पर सानू मिल ही जाना, फिर असी चिंता क्यों करिए? फिर भी भज 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 नच करिए, इधर उधर भजे फिरीए, इधरों कर लिए उधरों कर लिए, जिहड़ा सह सवाए आउंदा ले चलो, है ना। तो जो देना उन्हें बल पा के भी देना जी। तुम घर सुते पे होंगे तो आवाज मार के कोई आएगा, जदों देन पर आया तो कहेगा हाँ जी आ रकबा बनता जी, आ थान निकलता जी, है ना। तो देता उन्हें पहला तो चेता ही नहीं सी, ना तो चेता ना तो पिता जी को चेता। तो जो आने दसिया इस तरह का एक केस साढ़े को आया जी, दुश्मन सचमुच देहरा दूर कन्नी पैली सी किसी की, तो उन्होंने पता ही नहीं सी, ना पिता नूं पता ना वड्डियां नूं, कितें किसी नाने ने जां दादे पड़दादे ने लैके रखती। तो काफ़ी जमीन से वो शहर में आ गई, तो बंदे लभदे लभदे जिहड़े किसी दे काम करदे वो मेरे को आए, कहिंदे जी इस तरह करके तुहाडे शहर दे विच ने टंडे टंडे, वो टंडा बुक स्टाल आ गए। तो मैं उन्होंने जाके दस्या, उन्होंने मिलाया, वो कहिंदे साडी तां है ही नहीं जमीन जायदाद उत्थे। तो फिर दस्या, तो फिर उन्होंने पता नहीं फिर की किया उस, तो निकले जो देनते आना ना पता नहीं किधरों उन्हें दे देना। इस करके आप बड़े साफ होकर चलिए, किसी नाल बेईमानी ना करो, ना सोचो, ठगी ना मारो, फरेब ना कमाओ, थ्रो ना कमाओ, एन क्लीन होकर चलो, है ना। क्लीन कहते साफ सुथरे होकर चलो। तो जदों असी इत्थे आए सी तो मालक ने सानू एक प्लेन पेपर दिता सी, प्लेन कुछ नहीं सी उन्दे उत्ते लिखा, फट्टी दिती सी साफ, कहिंदे पुत्ता लै फट्टी, जो तू लिख के लियाएगा मैं उन्दे मुताबिक तेरा फैसला करांगा। देखो इहदा मतलब कि सानू मालक ने इच्छाधारी बनाया, कहिंदा पुत्त जो लिख के लियाएगा मैं उन्दे मुताबिक फैसला करांगा। तो गुरबाणी च लिखिया कहिंदे आपे पट्टी कलम आप उपर लेख भी तू, एको कहिए नानका दूजा काहे को। फिर कहिंदे दूजा काहे सिमरिए जम्मे ते मर जाए, कहिंदे दूजे दा ना लिखियो वो जम्मिया ते मरना ने। जिवें आम लोग संत महात्मा जी नूं भी फोटोआं ला के उन्हां दा ध्यान लग जांदे, वो दूजा है, वो काल की पूजा है। ते असीं कहिंदे करनी है निरंकार की पूजा कर, जो सदा रहने वाला है, जो तुद पावे साई पलीकार, तू सदा सलामत निरंकार, जो सदा रहन वाला। असी उन्दे पुजारी बनना, तो उन्दी पूजा किते बाहर नहीं करनी, आपदे अंदर करनी है। अंतर पूजा थान मुरारा ज्योति ज्योत मिलावन हारा। तो हुण वो जिहड़ी पूजा करनी है, पूजा की है? वो पूजा नाम आ, तो नाम साढ़े अंदर नौने दे अमृत प्रभ का नाम देही में इसका विश्राम। तो की कहिंदे महाराज गुरबाणी च, कहिंदे पूजा कीजै नाम ध्याइयै, पूजा कीजै नाम ध्याइयै, बिन नामे पूज ना होई। कहिंदे बिना नाम तो पूजा नहीं है। हुण आपां बाहरी पूजावां करदे हां, है ना, किन्ना कुछ रख के करदे हां, ते इधर सिद्धी पूजा है, वाह गुरु वाह गुरु, ये पूजा करदे हां। इस तो अगे धुन सुनदी है, फिर फुरनिया तो रह तो अगे धुन ध्यान ला के बह जाने, तो पूजा हो रही है किंदी? अकाल पुरख जी की। तो सारा कुछ तो नाम ही है, सारा कुछ की है जी, नाम ही है ना। नाम मिल गया तो सारा कुछ मिल गया, जे नाम ना मिले तो कुछ भी नहीं मिले। इस करके बाणी दे विच दस्या गया नाम तेरो दीवा, देखो सारा कुछ की नाम ही है ना, नाम तेरो दीवा नाम तेरो बाती, है ना, सारा तेल नाम, सारा नाम ही नाम, मन दे लई सारा नाम, मन दे लई जिहड़ा कपड़ा है वह भी नाम आ, मन की खुराक भी नाम आ, मन का तोसा हर नाम है, तोसा कहिंदे भोजन नूं, मन का भोजन, मन का तोसा हर नाम है, हिरदे रखो संभाल,
ਇਹ ਖਰਚਾ ਉਸਮਤ ਹੈ ਗੁਰਮੁਖ ਨਿਵੇ। ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਨਾਮ 'ਤੇ ਘੁੰਮ ਰਹੀ ਹੈ। ਉਹ ਕਿਹੜੀ ਕਿਹੜਾ ਸ਼ਬਦ ਹੈ ਜਿਹਦੇ 'ਚ ਨਾਮ ਦਾ ਜ਼ਿਕਰ ਨਹੀਂ ਆਉਂਦਾ? ਜੇ ਨਾਮ ਨਾਲ ਲਿਖਿਆ ਹੋਊਗਾ ਸ਼ਬਦ ਲਿਖਿਆ ਹੋਊਗਾ, ਇੱਕੋ ਹੀ ਗੱਲ। ਜੇ ਸ਼ਬਦ ਨਾਲ ਨਾਮ ਨਾਲ ਲਿਖਿਆ ਨਾ ਸ਼ਬਦ ਲਿਖਿਆ, ਅਨਹਦ ਲਿਖਿਆ ਹੋਇਆ ਤਾਂ ਵੀ ਇੱਕੋ ਹੀ ਗੱਲ ਆ। ਗੁਪਤੀ ਬਾਣੀ ਲਿਖਿਆ ਹੋਇਆ ਤਾਂ ਵੀ ਨਾਮ ਆ, ਸੱਚੀ ਬਾਣੀ ਲਿਖਿਆ ਹੋਇਆ ਤਾਂ ਵੀ ਨਾਮ ਆ, ਹਰ ਕੀ ਕਥਾ ਆ ਗਿਆ ਲਿਖਿਆ ਉਹ ਵੀ ਨਾਮ ਆ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣ ਤੇ ਦਰਦ ਦੁੱਖ ਲਥਾ, ਉਹ ਮਾਲਕ ਕਰਦਾ ਹਰ ਕੀ ਕਥਾ। ਮਤਲਬ ਕਹਿੰਦਾ ਵੀ ਇਹ ਆਪਾਂ ਚੰਗੀ ਤਰ੍ਹਾਂ ਸਮਝ ਲੈਣਾ ਹੈ, ਜਦੋਂ ਤੁਸੀਂ ਗੁਰਬਾਣੀ ਗੁਰੂ ਨੂੰ ਪੜ੍ਹੋਗੇ ਤਾਂ ਉਹਨੂੰ ਸਮਝਾਇਆ ਕਰੇਗੀ, ਇੱਥੇ ਆ ਸਮਝਾਇਆ, ਇੱਥੇ ਆ ਸਮਝਾਇਆ। ਪਹਿਲਾਂ ਨੂੰ ਸਮਝ ਨਹੀਂ ਸੀ ਲੱਗਦੀ ਆਪਾਂ ਨੂੰ, ਅਤੇ ਅਰਥ ਵੀ ਨਹੀਂ ਸੀ ਸਮਝ ਲੱਗਦੇ। ਹੁਣ ਜਿਵੇਂ ਜਿਵੇਂ ਗੁਰਮੁਖ ਕਥ ਕਹਾਣੀ ਸੁਣਦੇ ਜਾਣਗੇ, ਇਹ ਕਥ ਕਹਾਣੀ ਹੈ ਵੀ ਕਿਵੇਂ ਸਾਡਾ ਮਨ ਵਿਛੜਿਆ ਮਾਲਕ ਨਾਲ, ਉਹ ਕਿਵੇਂ ਮਾਲਕ ਨੂੰ ਮਿਲੇ, ਵਿਛੜਨ ਤੋਂ ਲੈ ਕੇ ਮਿਲਾਪ ਤੱਕ ਦੀ ਕਹਾਣੀ ਜਿਹੜੀ ਹੈ ਇਹਨੂੰ ਅਕਥ ਕਹਾਣੀ ਕਹਿੰਦੇ। ਜਿਹੜਾ ਇਹਨੂੰ ਸੁਣ ਲੈਂਦਾ ਉਹ ਪ੍ਰੈਕਟੀਕਲ ਕਰਦਾ, ਸਹਿਜ ਵਿੱਚ ਜਾਂਦਾ ਅਤੇ ਉਹ ਅਮਰ ਹੋ ਜਾਂਦਾ, ਇਸ ਕਰਕੇ ਇਸਨੂੰ ਅਮਰ ਕਥਾ ਵੀ ਕਹਿੰਦੇ। ਹਾਂਜੀ, ਗੁਰਬਾਣੀ 'ਚ ਜੋ ਲਿਖਿਆ ਉਹ ਸੱਚ ਲਿਖਿਆ, ਜਿਹਨੇ ਸੁਣੀ ਉਹਨੇ ਪ੍ਰੈਕਟੀਕਲ ਕੀਤਾ, ਕਿਉਂਕਿ ਉਹਨੂੰ ਪਿਛੋਕੜ ਤਾਂ ਭੇਦ ਆ ਗਿਆ ਕਿ ਮੇਰਾ ਪਿਛੋਕੜ ਹੈ, ਮੈਂ ਕਿੱਥੇ ਤੁਰਿਆ ਫਿਰਦਾ, ਮੈਂ ਆਪਣੇ ਮੂਲ ਨੂੰ ਮਿਲਾਂ, ਚਾਹ ਪੈਦਾ ਹੋ ਗਿਆ ਅਤੇ ਉਹ ਬੰਦਗੀ ਕਰਦਾ, ਉਹ ਭਗਤੀ ਕਰਦਾ ਅਤੇ ਉਹ ਮਿਲਾਪ ਹੋ ਜਾਂਦਾ। ਜਦੋਂ ਮਿਲਾਪ ਹੋ ਗਿਆ ਫਿਰ ਕੀ ਹੋ ਗਿਆ ਜੀ? ਉਹ ਅਮਰ ਹੋ ਗਿਆ। ਫਿਰ ਕੀ ਹੋਇਆ? ਅਮਰ ਹੋ ਗਿਆ। ਅਤੇ ਅਮਰ ਦਾ ਮਤਲਬ ਇਹ ਹੁੰਦਾ, ਹਾਂਜੀ ਪਤਾ ਜੀ ਕਿਸੇ ਨੂੰ ਅਮਰ ਹੋਣ ਦਾ ਮਤਲਬ ਕੀ ਹੁੰਦਾ? ਅਮਰ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਸਰੀਰ ਵਿੱਚ ਆ ਗਏ, ਤੁਸੀਂ ਭਗਤੀ ਕੀਤੀ, ਤੁਹਾਡਾ ਮਾਲਕ ਨਾਲ ਪਿਆਰ ਪੈ ਗਿਆ, ਮਾਲਕ ਨੂੰ ਤੁਸੀਂ ਪਾ ਗਏ, ਮਾਲਕ ਨੂੰ ਤੁਸੀਂ ਪਾ ਗਏ ਅਤੇ ਬਹੁਤ ਜ਼ਿਆਦਾ ਪਿਆਰ ਪੈ ਗਿਆ। ਤੁਹਾਡੀ ਇੱਛਾ ਹੋਵੇ ਕਿ ਮੈਂ ਹੁਣ ਸੰਸਾਰ 'ਤੇ ਰਹਿਣਾ ਨਹੀਂ, ਮੈਂ ਜਾਣਾ ਚਾਹੁੰਦਾ, ਭਾਵੇਂ ਸਵਾਸ ਹੈਗੇ ਨੇ, ਭਾਵੇਂ ਹਜੇ ਆਰਜੂ ਹੈਗੀ ਹੈ, ਅਤੇ ਮਾਲਕ ਤੁਹਾਡੀ ਮੰਨ ਲਏਗਾ, ਤੁਹਾਨੂੰ ਲੈ ਜਾਏਗਾ। ਅਤੇ ਜੇ ਸਵਾਸ ਪੂਰੇ ਹੋ ਗਏ, ਤੁਸੀਂ ਰਹਿਣਾ ਚਾਹੁੰਦੇ ਹੋ, ਤੁਸੀਂ ਕਿਹਾ ਮਾਲਕ ਹਜੇ ਸਿਹਤ ਠੀਕ ਹੈ, ਮੈਂ ਹੋਰ ਤੁਹਾਡੀ ਸਿਫਤਸਲਾਹ ਕਰਾਂ, ਹੋਰ ਪ੍ਰਚਾਰ ਕਰਨਾ, ਕਿਉਂਕਿ ਉਹੀ ਸਵਾਸ ਦੇਣ ਵਾਲਾ ਹੈ ਅਤੇ ਉਹੀ ਸਵਾਸ ਪ੍ਰਭਾਵ ਹੈ, ਬਿਨ ਸਾਹ ਦੇ ਰੱਖ ਕੇ ਬਿਨਾਂ ਸਵਾਸਾਂ ਤੋਂ ਰੱਖਣ ਵਾਲਾ। ਅਤੇ ਕਿੱਥੇ ਗੱਲ ਕਰਦੇ? ਹਾਂਜੀ, ਬਿਨ ਪ੍ਰਭਾਵ ਹੈ ਬਿਨ ਸਾਹ। ਹਾਂਜੀ, ਬੇਨਤੀ ਹੈ ਜੀ, ਸਾਇਲੈਂਟ ਕਰ ਲਿਆ ਕਰੋ, ਹੈ ਨਾ, ਸਾਰੇ ਲੋਕ ਭੁੱਲ ਜਾਂਦੇ ਹਨ, ਧਿਆਨ ਚਲਾ ਜਾਂਦਾ। ਆਪਾਂ ਬੋ ਇੱਥੇ ਲਾਏ ਵੀ ਹੋਏ ਫਲੈਕਸੀਆਂ 'ਤੇ ਵੀ ਕਿਰਪਾ ਕਰਕੇ ਨਾ, ਵੀ ਫੋਨ ਐਂਟਰ ਹੋਣ ਲੱਗੇ ਬੰਦ, ਕਿਉਂਕਿ ਇਹ ਖੇਡ ਜਦੋਂ ਚੱਲਦਾ ਇਹ ਮਾਲਕ ਦੇ ਹੁਕਮ ਚੱਲਦਾ, ਕੋਈ ਨਹੀਂ, ਨਵੇਂ ਗੁਰਮੁਖਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ। ਹਾਂਜੀ, ਸਾਰੇ ਨੋਟ ਕਰ ਲਓ ਜੀ, ਜਦੋਂ ਵੀ ਆਪਾਂ ਬੈਠਿਆ ਕਰਨਾ ਅਤੇ ਆਪਦੇ ਆਪਦੇ ਫੋਨ ਬੰਦ ਕਰ ਲਿਆ ਕਰੋ, ਠੀਕ ਹੈ? ਹਾਂਜੀ, ਮਾਲਕ ਜਿਹੜਾ ਸਾਨੂੰ ਬਿਨਾਂ ਸਵਾਸਾਂ ਤੋਂ ਰੱਖ ਸਕਦਾ ਹੈ ਨਾ, ਉਹ ਕੀ ਨਹੀਂ ਕਰ ਸਕਦਾ? ਅਤੇ ਆਪਾਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਵੀ ਮੈਂ ਹਜੇ ਰਹਿਣਾ ਚਾਹੁੰਦਾ, ਉਹ ਕਹਿੰਦਾ ਪੁੱਤ ਰਹਿ ਲਾ, ਜਦੋਂ ਜਾਣਾ ਚਾਹੁੰਦਾ ਕਹਿ ਦੇਣਾ ਵੀ ਮਹਾਰਾਜ ਮੈਂ ਨਹੀਂ ਹੁਣ ਇੱਥੇ ਰਹਿਣਾ। ਉਹਨੂੰ ਕਹਿੰਦੇ ਅਮਰ ਹੋਣਾ, ਉਹਨੂੰ ਕੀ ਕਹਿੰਦੇ? ਉਹਨੂੰ ਕਹਿੰਦੇ ਅਮਰ ਹੋਣਾ, ਠੀਕ ਹੈ? ਅਤੇ ਇਸ ਤਰ੍ਹਾਂ ਦਾ ਆਪਾਂ ਪਿਆਰ ਬਣਾਈਏ ਮਾਲਕ ਨਾਲ। ਕੀ ਬਣਾਈਏ ਜੀ? ਪਿਆਰ ਮਾਲਕ ਨਾਲ। ਮਾਲਕ ਅਮਰ ਵਿਰਲੇ ਵਿਰਲੇ ਹੁੰਦੇ ਆ ਜੀ, ਸਾਰੇ ਨਹੀਂ ਹੁੰਦੇ, ਅਮਰ ਵਿਰਲੇ ਵਿਰਲੇ ਹੁੰਦੇ ਆ। ਅਤੇ ਹੁਣ ਬੰਦੀਖਾਨੇ ਦੇ ਸੰਬੰਧ 'ਚ ਆਪਾਂ ਕਥਾ ਸੁਣੀ, ਸੁਣ ਕੇ ਪ੍ਰੈਕਟੀਕਲ ਕਰਕੇ ਤੁਸੀਂ ਬੰਦੀਖਾਨੇ 'ਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ ਨਹੀਂ? ਅਤੇ ਗੁਰੂ ਜਿਹੜਾ ਹੈ ਉਹ ਕਾਲ ਦੇ ਇਲਾਕੇ ਤੋਂ ਬਾਹਰ ਹੈ, ਸਭ ਜਗ ਬੰਧ ਉਹ ਕਾਲ ਕੋ ਬਿਨ ਗੁਰ ਕਾਲ ਅਫਾਰ। ਇੱਥੇ ਹੁਣ ਆਪਾਂ ਧਿਆਨ ਦੇਈਏ ਸਾਰੇ ਗੁਰਮੁਖ। ਗੁਰਮੁਖ ਕਹਿੰਦੇ ਜੀ ਜਿਹੜਾ ਸਰੀਰ ਵਿੱਚ ਕੋਈ ਹੈ ਉਹਨੂੰ ਗੁਰੂ ਨਹੀਂ ਹੋ ਸਕਦਾ, ਕਈ ਕਹਿੰਦੇ ਨਹੀਂ ਗੁਰਮੁਖ ਪਿਆਰੇ ਹੋ ਸਕਦਾ। ਉਹ ਤੁਹਾਨੂੰ ਅਧਿਆਤਮਿਕ ਗਿਆਨ ਤਾਂ ਦੇਗਾ ਨਾ। ਹੁਣ ਇੱਕ ਬੱਚੇ ਨੂੰ ਸ਼ਬਦ ਦਾ ਪਤਾ ਹੀ ਨਹੀਂ, ਸ਼ਬਦ ਗੁਰੂ ਦਾ ਪਤਾ ਹੀ ਨਹੀਂ,
ਅਤੇ ਉਹਨੂੰ ਜਿਹੜਾ ਦੱਸੇਗਾ ਸ਼ਬਦ ਗੁਰੂ ਦਾ ਭੇਜ ਦੇਗਾ ਉਹ ਵੀ ਤਾਂ ਅਕਸਰ ਟੀਚਰ ਹੋਏਗਾ ਨਾ ਅਤੇ ਉਹ ਕਿੱਦਾਂ ਭੇਜ ਦੇਗਾ ਜੀ ਸ਼ਬਦ ਦਾ ਭੇਜ ਦੇਗਾ ਸ਼ਬਦ ਗੁਰੂ ਜੋ ਹੈ ਉਹ ਸਾਡੇ ਮਨ ਦਾ ਹੈ ਕਹਿੰਦਾ ਜੀ ਮਨ ਦਾ ਸ਼ਬਦ ਗੁਰੂ ਆ ਲੇਕਿਨ ਜਿਹਨੇ ਸ਼ਬਦ ਗੁਰੂ ਦਾ ਭੇਦ ਦਿੱਤਾ ਮਤਲਬ ਕਿ ਨਾਮ ਦਾ ਸ਼ਬਦ ਦਾ ਉਹ ਮਨ ਨਾਮ ਵਿੱਚ ਸਮਾਇਆ ਹੁੰਦਾ ਅਤੇ ਨਾਮ ਰੂਪ ਹੋਇਆ ਹੁੰਦਾ ਸ਼ਬਦ ਰੂਪ ਹੋਇਆ ਤੁਸੀਂ ਧਿਆਨ ਦੇ ਨਾਲ ਬਰੀਕੀ 'ਚ ਸਮਝਣਾ ਹਰ ਜਨ ਹਰ ਹਰ ਨਾਮ ਸਮਾਣੇ ਦੇਖੋ ਕਿੰਨਾ ਕਲੀਅਰ ਹਰੀ ਦਾ ਜਨ ਮੀਨਜ ਮਨ ਉਹ ਹਰੀ ਦੇ ਨਾਮ ਵਿੱਚ ਸਮਾਏਗਾ ਅਤੇ ਕੀ ਰੂਪ ਹੋ ਜਾਏਗਾ ਜੀ ਫਿਰ ਨਾਮ ਰੂਪ ਹੋ ਜਾਏਗਾ ਨਾ ਅਤੇ ਜਦੋਂ ਨਾਮ ਰੂਪ ਹੋ ਗਿਆ ਮਾਲਕ ਦੇ ਸਨਮੁੱਖ ਹੋ ਜਾਏਗਾ ਇਸੇ ਤਰ੍ਹਾਂ ਆਪਣੇ ਗੁਰੂ ਸਾਹਿਬਾਨ ਭਗਤ ਜਨ ਨਾਮ ਰੂਪ ਹੋਏ ਹੋਏ ਸੀ ਉਹ ਮਾਲਕ ਦੇ ਸਨਮੁੱਖ ਸੀ ਸਾਹਮਣੇ ਮਾਲਕ ਸੀ ਉਹਨਾਂ ਦੇ ਇੰਨਾ ਵੀ ਫਰਕ ਨਹੀਂ ਸੀ ਅਤੇ ਜੇ ਆਪਣੇ ਵਿੱਚੋਂ ਜਿਹੜਾ ਉਹਨੂੰ ਪਿਆਰ ਕਰੇਗਾ ਹੋ ਸਕਦਾ ਉਹ ਕਿਸੇ ਨੂੰ ਬਣਾ ਲਏ ਹੈ ਨਹੀਂ ਅਤੇ ਆਪਣੇ ਸਨਮੁੱਖ ਕਰ ਲਏ ਅਤੇ ਗੱਲ ਟੋਟਲ ਜਿਹੜੀ ਆਪਾਂ ਨਿਚੋੜ ਕੱਢੀਏ ਜੇ ਮਾਲਕ ਦੇ ਸਨਮੁੱਖ ਹੋਣਾ ਹੈ ਮਾਲਕ ਨਾਲ ਮਿਲਾਪ ਕਰਨਾ ਹੈ ਅਤੇ ਗੁਰਮੁਖ ਪਿਆਰੋ ਇੱਥੇ ਜ਼ੋਰ ਅਜਮਾਈ ਨਹੀਂ ਹੈ ਇੱਥੇ ਜ਼ੋਰ ਨਹੀਂ ਇੱਥੇ ਪਿਆਰ ਆ ਕੀ ਹੈ ਜੀ ਜੋ ਅਸੀਂ ਗੁਰਬਾਣੀ ਗੁਰੂ ਦੀ ਸ਼ਰਨ ਵਿੱਚ ਆ ਕੇ ਤੱਤ ਕੱਢਿਆ ਉਹ ਆ ਪਿਆਰ ਪਿਆਰ ਹਟ ਨਹੀਂ ਗਾ ਅਤੇ ਮਹਾਰਾਜ ਨੇ ਗੁਰਬਾਣੀ 'ਚ ਕਲੀਅਰ ਹੀ ਕਰਤਾ ਹਰ ਭਗਤ ਹਰ ਕਾ ਪਿਆਰ ਹੈ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਜੇ ਕਹਿੰਦੇ ਗੁਰਮੁਖ ਬੈਠ ਕੇ ਡਿਸਕਸ ਕਰਨ ਵਿਚਾਰ ਕਰਨ ਗੋਸ਼ਟੀ ਕਰਨ ਤਾਂ ਹਰੀ ਦੀ ਭਗਤੀ ਕੀ ਹੈ ਜੀ ਪਿਆਰ ਅਤੇ ਫਿਰ ਹੋਰ ਵੀ ਦੱਸਿਆ ਪਿਆਰ ਬਾਰੇ ਕਿੰਨਾ ਕੁਛ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਜੇ ਪਿਆਰ ਸੀ ਤਾਂ ਹੀ ਗੁਰੂ ਮਹਾਰਾਜ ਨੇ ਕਿਹਾ ਨਾ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰਿਆਤੁਲ ਭਗਵਾਨ ਵੀ ਹੁਣ ਮੈਨੂੰ ਨੀਂਦ ਵੀ ਨਹੀਂ ਚੰਗੀ ਲੱਗਦੀ ਹੈ ਨਾ ਅਤੇ ਦਿਨ ਵੀ ਨਹੀਂ ਚੰਗਾ ਲੱਗਦਾ ਮੈਨੂੰ ਬਸ ਤੂੰ ਹੀ ਚਾਹੀਦਾ ਇਸ ਤਰ੍ਹਾਂ ਦੀ ਆਪਣੀ ਅਵਸਥਾ ਬਣੇ ਮਾਲਕ ਕਿਰਪਾ ਕਰੇ ਆਓ ਫਿਰ ਗੁਰਮੁਖ ਪਿਆਰਿਓ ਬੰਦੀਖਾਨੇ ਦੇ ਵਿੱਚੋਂ ਨਿਕਲਣ ਦੇ ਲਈ ਜ਼ੋਰ ਦੇ ਨਾਲ ਨਾਲ ਹੋਸ਼ ਵੀ ਚਾਹੀਦਾ ਅਤੇ ਦਿਮਾਗ ਵੀ ਲਾਉਣਾ ਜਿਹਨੂੰ ਆਪਾਂ ਕਹਿੰਦੇ ਮਨ ਸੋਚਣਾ ਵੀ ਹੁਣ ਵਿਉਂਤ ਬਣਾਈਏ ਕਿਵੇਂ ਨਿਕਲੀਏ ਕਿਵੇਂ ਨਿਕਲੀਏ ਜ਼ੋਰ ਨਾਲ ਤਾਂ ਆਪਾਂ ਬੰਦੀਖਾਨੇ ਨੂੰ ਤੋੜ ਨਹੀਂ ਸਕਦੇ ਕਿਉਂਕਿ ਉਹ ਮਾੜਾ ਲੱਗੇਗਾ ਕੋਈ ਐਸੀ ਵਿਧੀ ਅਪਣਾਈਏ ਕਿ ਜਿਹੜਾ ਸਾਡਾ ਮਨ ਬੰਦੀਖਾਨੇ ਦੇ ਵਿੱਚੋਂ ਸੌਖਾ ਨਿਕਲ ਜਾਵੇ ਅਤੇ ਉਹ ਕਹਿੰਦੇ ਵੀ ਜਿਹੜਾ ਮਨ ਹੈ ਸਾਡਾ ਹਾਂਜੀ ਇਹ ਹੈ ਪਾਣੀ ਵਰਗਾ ਕਹਿੰਦੇ ਵਰਗਾ ਜੀ ਪਾਣੀ ਵਰਗਾ ਅਤੇ ਤੁਸੀਂ ਇਹਨੂੰ ਪਾਣੀ ਵਰਗਾ ਕਰ ਦਿਓ ਅਤੇ ਪਾਣੀ ਵਰਗਾ ਉਦੋਂ ਹੋਏਗਾ ਜਦੋਂ ਫੁਰਨਿਆਂ ਤੋਂ ਰਹਿਤ ਹੋਏਗਾ ਕੋਈ ਵੀ ਫੁਰਨਾ ਨਹੀਂ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਨੀਰ ਮੀਨਜ ਪਾਣੀ ਕਹਿੰਦੇ ਇਸ ਤਰ੍ਹਾਂ ਮਨ ਨੂੰ ਸ਼ੁੱਧ ਕਰ ਲਓ ਐਨ ਥਿਰ ਕਰ ਲਓ ਕੋਈ ਵਿਚਾਰ ਨਾ ਆਵੇ ਕੋਈ ਫੁਰਨਾ ਨਾ ਆਵੇ ਆਓ ਫਿਰ ਗੁਰਮੁਖ ਪਿਆਰਿਓ ਆਪਾਂ ਵੀ ਆਪਣੇ ਮਨ ਨੂੰ ਕਿਰਪਾ ਕਰੇ ਮਾਲਕ ਆਪਦੇ ਸਨਮੁੱਖ ਕਰੇ ਸਾਰੇ ਗੁਰਮੁਖ ਨੇਤਰ ਬੰਦ ਕਰ ਲਓ ਜੀ ਹਾਂਜੀ ਕਰੋ ਸ਼ੁਰੂ ਵਾਹਿਗੁਰੂ 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 ਵਾਹਿਗੁਰੂ
Вах, крю, вах, крю, вах, крю, вах, крю.